खब्बल। एक कहानी पाकिस्तान दी है। पाकिस्तान बने नू अजे 3-4 महीने ही हुए सन। इत्थे हर शै उखड़ी उखड़ी लगती सी। थाणियां चौंकियां विच समान दे ढेर लगे हुए सन। ट्रंक, पलंग, पंगूड़े, मेज, सोफा सेट, तस्वीरां सब आपो अपनियां थावां तों उखड़ के थाने आ गईयां सन। ਭਲਾ ਪੰਘੂੜਿਆਂ ਅਤੇ ਤਸਵੀਰਾਂ ਦਾ ਥਾਣਿਆਂ ਵਿੱਚ ਕੀ ਕੰਮ? ਕਦੀ ਇਹਨਾਂ ਦੇ ਘਰਾਂ ਵਿੱਚ ਕੋਈ ਖਾਸ ਥਾਂ ਹੋਣੀ ਹੈ। ਉਸ ਵੇਲੇ ਘਰ ਵਾਲਿਆਂ ਦਾ ਖਿਆਲ ਹੋਣਾ ਹੈ ਕਿ ਜੇ ਇਹ ਉਸ ਥਾਂ ਤੋਂ ਬਿਨਾਂ ਕਿਸੇ ਹੋਰ ਥਾਂ ਰੱਖੇ ਜਾਣ ਤਾਂ ਬੜੇ ਕੁਝ ਲੱਗਣ, ਪਰ ਇਸ ਵੇਲੇ ਇਹ ਇੱਥੇ ਇੱਕ ਢੇਰ ਵਿੱਚ ਪਏ ਹੋਏ ਸਨ। ਘਰਾਂ ਦੇ ਭਾਂਡੇ, ਅਲਮਾਰੀਆਂ, ਪੜਛੱਤੀਆਂ ਅਤੇ ਚੌਂਕਿਆਂ ਵਿੱਚੋਂ ਨਿਕਲ ਕੇ ਸਰਕਾਰੀ ਦਫ਼ਤਰਾਂ ਦੇ ਸਾਹਮਣੇ ਢੇਰ ਹੋ ਪਏ ਸਨ। ਇਹਨਾਂ ਨੂੰ ਹੁਣ ਕਦੀ ਕਿਸੇ ਮਾਂਜਿਆ ਲਿਸ਼ਕਾਇਆ ਨਹੀਂ ਸੀ, ਗਿਣਿਆ ਨਹੀਂ ਸੀ। ਕਿਸੇ ਇਸਤਰੀ ਮਨੁੱਖ ਦਾ ਹੱਥ ਲੱਗਿਆ ਵੀ ਕਈ ਮਹੀਨੇ ਹੋ ਗਏ ਸਨ। ਪਾਕਿਸਤਾਨ ਵਿੱਚ ਹਰ ਸ਼ੈ ਉਖੜੀ ਉਖੜੀ ਸੀ। ਕਈਆਂ ਘਰਾਂ ਵਿੱਚ ਆਪਣੀਆਂ ਖੁਰਲੀਆਂ ਤੋਂ ਉਖੜੇ ਹੋਏ ਡੰਗਰ ਵੀ ਸਨ। ਤਰੁੱਠੀਆਂ ਹੋਈਆਂ ਅੱਖਾਂ ਨਾਲ ਉਹ ਦੁਆਲਿਓਂ ਵੇਖਦੇ ਅਤੇ ਓਪਰੀਆਂ ਥਾਵਾਂ 'ਤੇ ਡਰ ਡਰ ਕੇ ਪੈਰ ਧਰਦੇ। ਇਸ ਉਥਲ ਪੁਥਲ ਵਿੱਚ ਕੇਵਲ ਧਰਤੀ ਹੀ ਆਪਣੀ ਥਾਂ ਪੱਕੀ ਸੀ ਅਤੇ ਇਸ ਧਰਤੀ 'ਤੇ ਅਨੇਕਾਂ ਉਖੜੇ ਹੋਏ ਸ਼ਰਨਾਰਥੀ ਰਿੜਦੇ ਫਿਰਦੇ। ਵਾਗੇ ਦੇ ਵੱਡੇ ਕੈਂਪ ਤੋਂ ਇਹਨਾਂ ਨੂੰ ਅਗਾਂਹ ਠੇਲ ਦਿੱਤਾ ਜਾਂਦਾ ਅਤੇ ਫਿਰ ਇਹ ਸ਼ਰਨਾਰਥੀ ਜ਼ਿਲ੍ਹਿਓਂ ਜ਼ਿਲ੍ਹੇ ਅਤੇ ਪਿੰਡੋਂ ਪਿੰਡ ਪੈਦਲ ਜਾਂ ਗੱਡਿਆਂ ਵਿੱਚ ਜ਼ਮੀਨ ਦੀ ਭਾਲ ਵਿੱਚ ਪਾਉਣ ਲੱਗ ਪੈਂਦੇ। ਸ਼ਰਨਾਰਥੀ ਅਤੇ ਸ਼ਰਨਾਰਥੀ, ਪੁਰਾਣੇ ਲੋਕ ਵੀ ਉਖੜ ਗਏ ਸਨ। ਬਰਾਦਰੀ ਵਾਲਿਆਂ ਦੀਆਂ ਬਰਾਦਰੀਆਂ ਟੁਰ ਗਈਆਂ ਸਨ ਅਤੇ ਯਾਰਾਂ ਦੇ ਯਾਰ। ਮਜ਼ਦੂਰਾਂ ਦੇ ਮਿੱਲ ਮਾਲਕ ਚਲੇ ਗਏ ਸਨ ਅਤੇ ਮਿੱਲ ਵਾਲਿਆਂ ਦੇ ਮਜ਼ਦੂਰ, ਅਤੇ ਇਹਨਾਂ ਸਾਰਿਆਂ ਦੀ ਥਾਂ ਨਵੇਂ ਲੋਕ ਆ ਗਏ ਸਨ। ਇਹ ਨਵੇਂ ਲੋਕ ਕਿਸ ਤਰ੍ਹਾਂ ਦੇ ਸਨ? ਗੰਦੇ ਜਿਹੇ, ਬੌਂਤਰੇ ਹੋਏ, ਪੁਰਾਣੇ ਲੋਕਾਂ ਵਿੱਚ ਘੁਲ ਮਿਲ ਨਹੀਂ ਸਕਦੇ ਸਨ। ਸਲਾਮ ਅਲੈਕਮ ਆਖ ਕੇ ਕੋਲ ਬੈਠ ਕੇ ਗੱਲਬਾਤ ਨਹੀਂ ਕਰਦੇ ਸਨ, ਸਗੋਂ ਬੋਹੇ ਵਿੱਚ ਖਲੋ ਕੇ ਝਾਕਦੇ ਰਹਿੰਦੇ। ਜੇ ਕਵਾਓ ਵੀ ਤਾਂ ਵੀ ਨਾ ਕੁੰਦੇ। ਇਹਨਾਂ ਲੋਕਾਂ ਨੇ ਤਾਂ ਪਿੰਡਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। ਪੁਰਾਣੇ ਵਸਨੀਕਾਂ ਨੂੰ ਵੀ ਆਪਣੇ ਪਿੰਡ ਉੱਪਰੇ ਉੱਪਰੇ ਲੱਗਣ ਲੱਗ ਪਏ ਸਨ, ਕਿਉਂਕਿ ਉਹ ਉਸ ਤਰ੍ਹਾਂ ਦੇ ਪਿੰਡ ਨਹੀਂ ਰਹੇ ਸਨ ਜਿਨ੍ਹਾਂ ਵਿੱਚੋਂ ਜੰਮੇ ਪਲੇ ਸਨ। ਉਹਨਾਂ ਦੀਆਂ ਹਵੇਲੀਆਂ ਕੋਲੋਂ ਲੰਘਦੇ ਨਹਿਰਾਂ ਰਜਵਾਹੇ ਵੀ ਬੇਗਾਨੇ ਹੋ ਗਏ ਸਨ। ਉਹ ਉੱਥੇ ਹੁਣ ਵਜੂ ਨਹੀਂ ਕਰ ਸਕਦੇ ਸਨ। ਕਈ ਦਿਨ ਇਹਨਾਂ ਨਹਿਰਾਂ ਦਾ ਪਾਣੀ ਲਾਲ ਆਉਂਦਾ ਰਿਹਾ ਸੀ ਅਤੇ ਕਈ ਸਾਬਤ ਮੁਰਦੇ ਅਤੇ ਕਈਆਂ ਦੀਆਂ ਲੱਤਾਂ ਬਾਹਾਂ ਰੁੜਦੀਆਂ ਆਉਂਦੀਆਂ ਰਹੀਆਂ ਸਨ। ਇਸ ਪਾਣੀ ਨਾਲ ਹੁਣ ਵਜੂ ਕਿਸ ਤਰ੍ਹਾਂ ਕੀਤਾ ਜਾ ਸਕਦਾ ਸੀ? ਉਹ ਤਾਂ ਆਪਣੇ ਨਿਆਣਿਆਂ ਨੂੰ ਵੀ ਇਹਨਾਂ ਵਿੱਚ ਨਹਾਉਣ ਤੋਂ ਹਟਕ ਦਿੰਦੇ। ਅਸਲ ਵਿੱਚ ਹਰ ਸ਼ੈ ਉਲਟ ਪੁਲਟ ਹੋਈ ਹੋਈ ਸੀ ਅਤੇ ਆਪਣੇ ਪੁਰਾਣੇ ਹਾਲਤ ਵੱਲ ਆਉਣ ਦਾ ਚਾਰਾ ਕਰ ਰਹੀ ਸੀ। ਹਰ ਸ਼ੈ ਆਪਣੀ ਆਪਣੀ ਥਾਂ ਨੂੰ ਅੜਾਉਣ ਦੀ, ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਹਰ ਚੀਜ਼ ਪੁਨਰ ਸਥਾਪਨ ਮੰਗਦੀ ਸੀ। ਮੁਲਕ 'ਤੇ ਤਬਾਹ ਹੋ ਗਿਆ ਏ, ਇੱਕ ਗੱਭਰੂ ਜੱਟ ਨੇ ਆਪਣੇ ਆਲੇ ਦੁਆਲੇ ਦੀ ਉਜਾੜ ਵੇਖ ਕੇ ਆਪਣੇ ਬੁੱਢੇ ਪਿਓ ਨੂੰ ਕਿਹਾ। ਹੋ ਤਾਂ ਹੱਕੀ ਗਿਆ ਏ, ਪਰ ਆਹ ਵੇਖਾਂ ਦੁਨੀਆ ਕਿਧਰੇ ਥਾਂ ਥਾਈਂ ਬਹਿ ਜਾਂਦੀ ਏ ਅਤੇ ਸਭ ਖੈਰ ਮੇਰ ਹੋ ਜਾਏਗੀ। ਇਹ ਤਾਂ ਐਵੇਂ ਗੱਲਾਂ ਨੇ, ਬਹਿ ਇਹਨਾਂ ਵਿਚਾਰਿਆਂ ਕਿੱਥੇ ਜਾਣਾ ਏ? ਇਹ ਤਾਂ ਗ੍ਰਾਹੀ ਨਹੀਂ ਫੜਦੇ ਆਪਣੇ ਮੂੰਹ ਵਿੱਚ ਪਾਉਣ ਜੋਗੇ। ਨਹੀਂ ਓਏ ਕਮਲਿਆ, ਐਵੇਂ ਜਾਪਦਾ ਹੀ ਏ। ਆਹ ਵੇਖਾਂ ਖੱਬਲ ਹੁੰਦਾ ਏ ਪੈਲੀ ਵਿੱਚ, ਜਦੋਂ ਵਾਹੀ ਦੀਏ ਕੋਈ ਫਰਕ ਤਾਂ ਨਹੀਂ ਨਾ ਕਰੀਦਾ ਉਹਦੇ ਨਾਲ, ਸਾਰਾ ਜਣੋਂ ਪੁੱਟ ਪੁੱਟ ਕੇ ਪੈਲੀਓਂ ਬਾਹਰ ਸੁੱਟ ਦੇਈਦਾ ਏ। ਪਰ 10 ਦਿਨਾਂ ਮਗਰੋਂ ਫਿਰ ਕੋਈ ਨਾ ਕੋਈ ਤਿੜ ਫੁੱਟ ਆਉਂਦੀ ਏ ਅਤੇ ਮਹੀਨੇ ਮਗਰੋਂ ਇਸ ਤਰ੍ਹਾਂ ਜਾਪਦਾ ਏ ਜਿਵੇਂ ਪੈਲੀ ਕਦੇ ਕਿਸੇ ਵਾਹੀ ਹੀ ਨਹੀਂ ਹੁੰਦੀ। ਅਸਲ ਵਿੱਚ ਕਿਧਰੇ ਕਿਧਰੇ ਇਸ ਬੁੱਢੇ ਦੀ ਗੱਲ ਵਿੱਚ ਸੱਚਾਈ ਦਿਸ ਰਹੀ ਸੀ। ਜਿਨ੍ਹਾਂ ਲੋਕਾਂ ਨੂੰ ਜ਼ਮੀਨ ਮਿਲ ਜਾਂਦੀ ਉਹ ਕੁਝ ਟਿਕ ਜਿਹੇ ਜਾਂਦੇ, ਕੱਚੀਆਂ ਅਲਾਟ ਹੋਈਆਂ ਪੈਲੀਆਂ ਉਹਨਾਂ ਦੀ ਰੂਹ ਨੂੰ ਧਰਵਾਸ ਦਿੰਦੀਆਂ। ਆਪਣੇ ਨਵਿਆਂ ਵਾੜਿਆਂ ਦੇ ਨੇੜੇ ਉਹ ਨਿੱਕੇ ਨਿੱਕੇ ਟੋਏ ਪੁੱਟ ਕੇ ਉਹਨਾਂ ਵਿੱਚ ਗੋਹਿਆਂ ਦੀ ਅੱਗ ਧੁਖਾਈ ਰੱਖਦੇ ਅਤੇ ਜਦੋਂ ਜੀ ਕਰਦਾ ਹੁੱਕੇ 'ਤੇ ਰੱਖ ਕੇ ਇਕੱਠੇ ਬੈਠ ਕੇ ਪੀਂਦੇ। ਸਹਿਜੇ ਸਹਿਜੇ ਉਹਨਾਂ ਦੀਆਂ ਮੱਝੀ ਦਾ ਵੀ ਤਰੋਂ ਲੈ ਜਾਂਦਾ। ਵਾੜਿਆਂ ਦੇ ਅੰਦਰ ਉਹ ਵਨਾਂ ਦੀਆਂ ਟਾਹਲੀਆਂ ਨਾਲ ਆਪਣੇ ਸਿੰਘਾਂ ਪਿਛਲੇ ਥਾਂ ਨੂੰ ਖੁਰਕ ਕਰਦੀਆਂ ਅਤੇ ਕਦੀ ਮੌਜ ਵਿੱਚ ਆਈਆਂ ਆਪਣੇ ਪਿੰਡੇ ਨੂੰ ਵਾੜੇ ਦੀਆਂ ਕੰਧਾਂ ਨਾਲ ਘਸਰਦੀਆਂ।
ਜਦੋਂ ਤਹਿਸੀਲਦਾਰ ਜਾਂ ਕੋਈ ਹੋਰ ਅਫਸਰ ਇਹਨਾਂ ਲੋਕਾਂ ਦੇ ਨਵੇਂ ਪਿੰਡ ਵਿੱਚ ਆਉਂਦਾ ਤਾਂ ਉਹਨਾਂ ਵਿੱਚੋਂ ਕਈ ਆਪਣੇ ਆਪ ਨੂੰ ਪੈਂਚ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦੇ। ਪਿੰਡ ਦੇ ਸਾਂਝੇ ਦੁੱਖ ਤਕਲੀਫਾਂ ਉਹ ਤਹਿਸੀਲਦਾਰ ਨੂੰ ਸੁਣਾਉਂਦੇ ਅਤੇ ਇਸ ਤਰ੍ਹਾਂ ਸਾਰੇ ਲੋਕਾਂ ਦੀ ਪ੍ਰਤੀਨਿਧਤਾ ਕਰਕੇ ਪਿੰਡ ਵਿੱਚ ਆਪਣੀ ਲੀਡਰੀ ਦਾ ਮੁੱਢ ਬੰਨਦੇ। ਸਧਾਰਨ ਜਿਹੀਆਂ ਗੱਲਾਂ ਨਾਲ ਜਿਵੇਂ ਲੋਕਾਂ ਨੂੰ ਪਿਛਾਂ ਬਿਠਾ ਕੇ ਸਿਰਫ ਇੱਕ ਆਦਮੀ ਬੋਲੇ ਕਹਿ ਕੇ ਅਫਸਰ ਨੂੰ ਹੁੱਕਾ ਪਾਣੀ ਪੁੱਛ ਕੇ ਉਸ ਦਾ ਧਿਆਨ ਆਪਣੇ ਵੱਲ ਖਿੱਚਦੇ। ਇਹ ਗੱਲਾਂ ਦੱਸਦੀਆਂ ਸਨ ਕਿ ਇਸ ਧੱਕੇ ਨੇ ਵੀ ਉਹਨਾਂ ਨੂੰ ਅਸਲੋਂ ਠੰਡਾ ਨਹੀਂ ਕੀਤਾ ਸੀ। ਇਹੋ ਜਿਹੇ ਉੱਜੜ ਰਹੇ ਵਸ ਰਹੇ ਪਾਕਿਸਤਾਨ ਵਿੱਚ ਮੈਂ ਭਾਰਤ ਸਰਕਾਰ ਵੱਲੋਂ ਲੈਜਾਨ ਅਫਸਰ ਮੁਕਰਰ ਹੋਇਆ। ਮੇਰਾ ਕੰਮ ਧੱਕੋ ਧੱਕੀ ਉਧਾਲੀਆਂ ਇਸਤਰੀਆਂ ਦੇ ਬਦੋ ਬਦੀ ਮੁਸਲਮਾਨ ਬਣਾਏ ਟੱਬਰਾਂ ਨੂੰ ਛੁਡਾ ਕੇ ਵਾਪਸ ਹਿੰਦੁਸਤਾਨ ਅਪਣਾਉਣ ਦਾ ਸੀ। ਹਿੰਦੁਸਤਾਨ ਫੌਜ ਦਾ ਇੱਕ ਦਸਤਾ ਅਤੇ ਪਾਕਿਸਤਾਨੀ ਸਪੈਸ਼ਲ ਪੁਲਿਸ ਦੇ ਕੁਝ ਸਿਪਾਹੀ ਮੇਰੀ ਸਹਾਇਤਾ ਲਈ ਸਨ। ਹੋਰ ਗੁੰਮ ਹੋਈਆਂ ਚੀਜ਼ਾਂ ਦੇ ਭਾਲਣ ਵਾਂਗੂ ਕੁੜੀਆਂ ਭਾਲਣ ਦਾ ਕੰਮ ਔਖਾ ਵੀ ਸੀ ਅਤੇ ਸੌਖਾ ਵੀ। ਕਦੀ ਕਦੀ ਤਾਂ ਕੋਈ ਕੁੜੀ ਥੋੜ੍ਹੀ ਜਿਹੀ ਮਿਹਨਤ ਨਾਲ ਹੀ ਮਿਲ ਜਾਂਦੀ ਅਤੇ ਕਈ ਵਾਰੀ ਕੋਈ ਕੁੜੀ ਬਹੁਤ ਭਾਲਣ 'ਤੇ ਵੀ ਹੱਥ ਨਾ ਆਉਂਦੀ। ਪਾਕਿਸਤਾਨ ਪੁਲਿਸ ਵਾਲੇ ਭਾਵੇਂ ਉਹਨਾਂ ਨੂੰ ਮੁੜਾਉਣ ਵਿੱਚ ਉਹ ਇਸ ਨੂੰ ਬਰਾਮਦ ਕਰਨਾ ਆਖਦੇ ਸਨ ਥੋੜ੍ਹੀ ਬਹੁਤੀ ਸਹਾਇਤਾ ਕਰ ਦਿੰਦੇ ਪਰ ਆਪ ਪਤਾ ਘੱਟ ਵੱਧ ਹੀ ਦਿੰਦੇ। ਫਿਰ ਵੀ ਜਦ ਕਦੀ ਉਹ ਦਿਲੋਂ ਹੋ ਕੇ ਨਾਲ ਤੁਰ ਪੈਂਦੇ ਤਾਂ ਕੰਮ ਅਸਲੋਂ ਹੀ ਸੌਖਾ ਹੋ ਜਾਂਦਾ। ਜਿਸ ਸਵੇਰ ਦੀ ਇਹ ਗੱਲ ਹੈ ਉਸ ਸਵੇਰ ਇਲਾਕੇ ਦਾ ਥਾਣੇਦਾਰ ਨਾ ਕੇਵਲ ਮੇਰੇ ਨਾਲ ਹੀ ਤੁਰਿਆ ਸਗੋਂ ਉਧਾਲੀ ਹੋਈ ਔਰਤ ਦਾ ਪਤਾ ਵੀ ਮੈਨੂੰ ਉਸੇ ਨੇ ਹੀ ਦੱਸਿਆ। ਉਸ ਇਹ ਵੀ ਦੱਸਿਆ ਕਿ ਔਰਤ ਉਸੇ ਥਾਣੇ ਦੇ ਪਿੰਡ ਦੇ ਨੰਬਰਦਾਰ ਦੀ ਨੂੰਹ ਸੀ। ਜਿਸ ਪਿੰਡ ਅਸਾਂ ਜਾਣਾ ਸੀ ਉਹ ਪਿੰਡ ਪੱਕੀ ਸੜਕ ਤੋਂ ਬੜੀ ਦੂਰ ਸੀ। ਢੇਰ ਚਿਰ ਅਸੀਂ ਕੱਚੀਆਂ ਸੜਕਾਂ 'ਤੇ ਪੈਹਾਂ ਉੱਤੇ ਖੱਜਲ ਹੁੰਦੇ ਰਹੇ। ਜਦ ਅਸੀਂ ਪਿੰਡ ਅੱਪੜੇ ਤਾਂ ਪਿੰਡ ਦੇ ਚੌਧਰੀ ਥਾਣੇਦਾਰ ਦੇ ਸਵਾਗਤ ਲਈ ਇਕੱਠੇ ਹੋ ਗਏ। ਪਾਕਿਸਤਾਨ ਵਿੱਚ ਉਸ ਵੇਲੇ ਸਰਕਾਰ ਦਾ ਬੜਾ ਰੋਪ ਸੀ। ਥਾਣੇਦਾਰ ਨੇ ਉਸ ਔਰਤ ਦਾ ਪਤਾ ਪੁੱਛਿਆ ਤਾਂ ਉਹਨਾਂ ਚੌਧਰੀਆਂ ਨੇ ਝੱਟ ਉਸਨੂੰ ਇੱਕ ਕੋਠਾ ਵਿਖਾ ਦਿੱਤਾ। ਇਹ ਛੋਟਾ ਜਿਹਾ ਕੋਠਾ ਇੱਕ ਵੱਡੇ ਸਾਰੇ ਵਲਗਨ ਦੇ ਸਿਰੇ ਉੱਤੇ ਛੱਤਿਆ ਹੋਇਆ ਸੀ। ਥਾਣੇਦਾਰ ਅਤੇ ਹੋਰ ਲੋਕ ਬਾਹਰ ਹੀ ਰਹੇ ਅਤੇ ਮੈਂ ਇਕੱਲਾ ਅੰਦਰ ਚਲਿਆ ਗਿਆ। ਇਹ ਕੋਈ 3 ਕੁ ਮੰਜੀਆਂ ਦਾ ਕੱਚਾ ਕੋਠਾ ਸੀ। ਇੱਕ ਪਾਸੇ ਲੱਕੜ ਦੀ ਪੜਛੱਤੀ ਅਤੇ ਥੋੜ੍ਹੇ ਜਿਹੇ ਗਲਾਸ ਕੌਲੀਆਂ ਥਾਲੀਆਂ ਪਈਆਂ ਹੋਈਆਂ ਸਨ। ਕਮਰੇ ਦੀ ਇੱਕ ਗੁੱਠੇ ਕੁਝ ਬਿਸਤਰੇ ਅਤੇ ਥੋੜ੍ਹਾ ਹੋਰ ਸਮਾਨ ਵੀ ਸੀ। ਉਹ ਤੀਵੀਂ ਮੰਜੀ 'ਤੇ ਪਈ ਹੋਈ ਸੀ। ਕਈਆਂ ਦਿਨਾਂ ਤੋਂ ਉਸਨੂੰ ਬੁਖਾਰ ਹੋ ਰਿਹਾ ਸੀ। ਉਸਦੇ ਇੱਕ ਹੱਥ 'ਤੇ ਪੱਟੀਆਂ ਬੱਝੀਆਂ ਹੋਈਆਂ ਸਨ। ਸ਼ਾਇਦ ਕੋਈ ਉਠਾ ਉੱਠਿਆ ਹੋਇਆ ਸੀ। ਉਸ ਵੇਲੇ ਉਹ ਡਾਢੀ ਡਿਡਾਲ ਜਾਪਦੀ ਸੀ ਅਤੇ ਅਸਲੋਂ ਹੌਲੀ ਹੌਲੀ ਬੋਲਦੀ ਸੀ। ਮੈਂ ਉਸਦੇ ਕੋਲ ਮੰਜੀ 'ਤੇ ਬੈਠ ਗਿਆ। ਕੀ ਗੱਲ ਏ? ਮੈਂ ਉਸਦਾ ਹਾਲ ਚਾਲ ਪੁੱਛਣ ਲਈ ਸਿੱਧਾ ਜਿਹਾ ਸਵਾਲ ਕੀਤਾ। ਤਾਪ ਚੜ੍ਹਦਾ ਏ ਚੌਥੇ ਪੰਜਵੇਂ ਦਿਨ ਦਾ। ਇੱਥੇ ਤੇਰੇ ਕੋਲ ਕੋਈ ਜਨਾਨੀ ਨਹੀਂ? ਨੇੜੇ ਤੇੜੇ 'ਤੇ ਕੋਈ ਨਹੀਂ। ਪਹਿਲਾਂ ਜੋ ਖੁਈਆਂ ਹੋਈਆਂ ਕੁੜੀਆਂ ਤੀਵੀਆਂ ਮੈਂ ਵੇਖੀਆਂ ਸਨ ਉਹਨਾਂ ਨਾਲੋਂ ਇਸ ਦਾ ਚੌਗਿਰਦਾ ਬਿਲਕੁਲ ਵੱਖਰਾ ਸੀ। ਉਹਨਾਂ ਦੇ ਦੁਆਲੇ ਬੰਦੇ ਜਨਾਨੀਆਂ ਹੁੰਦੇ ਸਨ। ਇਹ ਕਿਸੇ ਦੀ ਨਜ਼ਰ ਹੇਠ ਕਿਸੇ ਦੀ ਰਾਖੀ ਹੇਠ ਰਹਿੰਦੀਆਂ ਸਨ ਅਤੇ ਇਸ ਤਰ੍ਹਾਂ ਹੀ ਮੈਨੂੰ ਵਿਖਾਈਆਂ ਜਾਂਦੀਆਂ। ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਇਸ ਕੋਠੇ ਵਿੱਚ ਉਹ ਇਕੱਲੀ ਹੀ ਰਹਿੰਦੀ ਸੀ, ਜਿਵੇਂ ਲੋਕਾਂ ਨੇ ਉਸਨੂੰ ਆਪਣੇ ਹਾਲ 'ਤੇ ਹੀ ਛੱਡ ਦਿੱਤਾ ਹੋਇਆ ਸੀ। ਸਗੋਂ ਇਸ ਤੋਂ ਵੀ ਵੱਧ, ਜਿਵੇਂ ਲੋਕਾਂ ਨੇ ਉਸਦੀ ਸਹਾਇਤਾ ਕੀਤੀ ਸੀ। ਉਸਦੇ ਪਿੰਡ ਅਤੇ ਘਰ ਵਾਲੇ ਕਿਸ ਤਰ੍ਹਾਂ ਖਤਮ ਹੋਏ ਇਹ ਮੈਂ ਪਹਿਲਾਂ ਹੀ ਸੁਣ ਬੈਠਾ ਸਾਂ। ਫਿਰ ਦੂਸਰੀ ਵਾਰ ਉਸਦੇ ਮੂੰਹੋਂ ਸੁਣਨ ਦਾ ਕੋਈ ਫਾਇਦਾ ਨਹੀਂ ਸੀ। ਮੈਨੂੰ ਵਧੇਰੇ ਦਿਲਚਸਪੀ ਉਸਦੀ ਮੌਜੂਦਾ ਹਾਲਤ ਵਿੱਚ ਸੀ। ਇੱਥੇ ਰਹਿੰਦਿਆਂ ਤੈਨੂੰ ਕਿੰਨਾ ਚਿਰ ਹੋ ਗਿਆ ਏ? ਜਿਸ ਦਿਨ ਦਾ ਪਿੰਡ ਉਜੜਿਆ ਏ ਉਸ ਦਿਨ ਤੋਂ ਹੀ ਇੱਥੇ ਹੀ ਹਾਂ। ਇਹ ਭਾਂਡੇ ਅਤੇ ਕੱਪੜੇ ਤੈਨੂੰ ਕਿਸਨੇ ਦਿੱਤੇ ਨੇ? ਤੁਸੀਂ ਤਾਂ ਅਸਲੋਂ ਕਮਲੇ ਹੋ। ਮੈਂ ਸਮਝ ਗਿਆ, ਉਹ ਇਕੱਲੀ ਨਹੀਂ ਰਹਿੰਦੀ ਸੀ ਅਤੇ ਨਾ ਹੀ ਇੱਥੇ ਪਿਆ ਸਮਾਨ ਉਸਦਾ ਆਪਣਾ ਸੀ। ਇਸ ਕੋਠੇ, ਸਮਾਨ ਅਤੇ ਉਸਦੇ ਜਿਸਮ ਦਾ ਮਾਲਕ ਕੇਵਲ ਅੱਖੀਂ ਨਹੀਂ ਦਿਸ ਰਿਹਾ ਸੀ। ਇਹ ਗੱਲ ਇੱਥੇ ਲਿਖਣ ਲੱਗਿਆ ਤਾਂ ਮੈਂ ਸਹਿਜੇ ਹੀ ਲਿਖ ਗਿਆ ਹਾਂ, ਪਰ ਉਸ ਵੇਲੇ ਇਸ ਗਿਆਨ ਨੇ ਮੇਰੇ ਮਨ ਨੂੰ ਡਾਢਾ ਧੱਕਾ ਮਾਰਿਆ।
पुलिस ते लोकां दी सहायता करके जो चंगे ख्याल मेरे मन विच दुनिया ते दुनिया दे लोकां बारे सारा दिन आउंदे रहे सन, वो सारे मेथों पल्ला छुड़ा गए। मेरा हाथ कौड़ियां असलियतां नाल लगा होया सी। उस कच्चे कोठे विच खोही हुई किसी दी वहुटी सामने मंजे ते निढाल पई सी। मेरी नज़र विच इंसान उत्ते इंसान दे जुल्म दी इह सब तों घिनौनी तस्वीर सी। मधोली हुई, खुआर कीती हुई, वो उत्थे बीमार पई सी। उसकी जात, बरादरी, पिंड, धर्म का कोई सांझी वाल उत्थे नहीं सी। उसनू कदी किसे ये नहीं दस्या सी कि वह विछड़े हुए अपने अंगा साकां नू फिर भी मिल सकती है। जे उसनू कोई दसदा भी तो वह मनन ना कर देंदी। आखिर एडे वड्डे ते तकड़े पाकिस्तान विच्चों उसनू कोई किस तरह कढ के लिजा सकदा सी? इस गल ते विचार करना ही फजूल सी। उसनू उसे वेले वापस लिजाण का कोई सवाल नहीं सी। पोह माघ की सर्दी विच उसनू बीमारी की हालत विच उत्थों हिलाना ठीक नहीं सी। वो लोग हुण उसनू गुम नहीं कर सकते सन क्योंकि असा उसनू वेख लिया सी ते वो लोग जानते सन कि असा वेख लिया है। चंगा बीबी, मैं फिर किसी दिन आवांगा। फिर आने तो मेरा मतलब उसनू उत्थों वापस लै जाण तो सी, पर यह गल शायद उसने सुपने विच भी संभव नहीं सी। तू हुण चलिया है? जरा बह जा, मेरी एक गल सुन जा। मैं फिर कोल पई मंजी ते बैठ गया। मेरी तेरे अगे एक अर्ज है, जे तू पूरी करें एक काम है तेरे गोचरा। की काम? तू मेरा सिख भरा है, मैं भी कदी सिख हुंदी सी, हुण ते मैं मुसलमान हो गई हुई हाँ। इस वेले इस दुनिया विच मेरा कोई नहीं हो, मैं बड़ी औखी हाँ, तू मेरी बाँह फड़। मेरी एक ननान है निक्की, रुढ़ गए यारां चक वाले लै गए होए नी। उस दिन हमले विच सब तो वड्डी धाड़ उन्हां दी ही सी ते ओ ही उसनू लै गए नी। तेरी इस वेले मैनू बड़ी चौधर जापदी है, तू उहनू इत्थे मेरे कोल लिया दे। सारे तेरा लिहाज करदे ने, पुलिस वाले भी तेरी मनदे ने, मेरे वल्लों भी उन्हां नू तरला करी। मैं उहदी वड्डी भरजाई हाँ, मैं उहनू हत्थीं पालिया है, माँ बरोबर हाँ। वो मेरे कोल आवेगी, मैं अपने हत्थीं उन्हों किसी दे लड़ लांगी। मेरी सांझ वधेगी, मेरिया बाहीं बनणगियां, मैं किसी नू अपने आखन वाली बनांगी। उस बुढ़े जट दी गल मेरे दिमाग विच चक्कर लाण लग पई। आ वेखां खब्बल हुंदा है पैली विच, जदों वाही दीए कोई कसर ते नहीं ना छड्डी दी, उहदे नाल सारा जड़ों पुट के पैलियों बाहर सुट देईदा है। पर 10 दिनां मगरों फिर कोई कोई तिड़ फुट आउंदी है। पौना आदमी करमा मेहरा पिंड दा सब तो कमजोर आदमी सी। पानी ढोन ते रोटियां पकान दा अपना जद्दी काम छड के उस हिस्से ते भोयन लै के वाही शुरू कीती हुई सी। पिंड दे होर आदमियां विच्चों कोई तकड़ा सी ते कोई माड़ा। पिंड दी खैम खै विच कदी कोई हत्थां ते थुकदा ते कदी गल वला जांदा। लड़ाई झगड़े विच कदी कोई नीवी खिंचदा ते कोई आकड़ के शख्सियत दा पूरा निखार विखांदा। पर करमे लई हर वेले हर थां नीवी खिंचना सुभाविक हो चुक्या सी। ये एक रोज़ दी ते इन्नी मामूली गल बन चुकी सी कि इस दा कोई नवा रूप सुनन विच भी किसे नू दिलचस्पी नहीं सी। करमे नू लत हेठों लंघाण नाल किसे आदमी दी इज्जत विच भोरा वाधा नहीं हो सकदा सी, हाँ वह घट सकती सी। कोई आदमी जड़ा पिंड विच किसे गिनन मिथन विच आंदा होवे करमे नाल उलझिया आप हौला होण नहीं बच सकदा सी। हाँ छोटे छोटे मुंडे उसकी कमजोरी तो फायदा उठा लेंदे सन। वह उसदे डके हुए घा विच अपने डंगर चारने जां उसकी खरबूजिया की क्यारी विचों खरबूजे तोड़ने नहीं झिझकते सन। जदों करमा दूरों देख के उन्हां वल भज के आउंदा तां उह अगों आकड़ के खलो जांदे। आ जा फिर वेख लै हत्थ अज,
कोई मुंडा उसनू वंगार के आखदा ते करमे दी दौड़ मठी पै जांदी। शायद उस विच सामने आकी होए खलोते निक्के जहे मुंडे जिन्ना जोर भी नहीं सी, जां फिर उस मुंडे दी शकल विच्चों उसनू उसदा कोई वड्डा भरा जां प्यो दिसदा ते उसदा खून पानी बन जांदा। लत्तां धरुंदा ਉਹ ਉਸ ਮੁੰਡੇ ਤੱਕ ਕੱਪੜਦਾ ਅਤੇ ਫਿਰ ਗੌਰ ਨਾਲ ਉਸ ਵੱਲ ਵੇਖਦਾ ਹੋਇਆ ਬਨੌਟੀ ਦਾਬੇ ਜਿਹੇ ਨਾਲ ਕਹਿੰਦਾ, ਇੱਥੇ ਡੰਗਰ ਕਿਉਂ ਛੱਡੇ ਨਹੀਂ? ਇਹ ਘਾਹ ਤਾਂ ਅਸਾਂ ਰੱਖਿਆ ਹੋਇਆ ਏ। ਛੱਡੇ ਨਹੀਂ ਫੇਰ? ਅੱਗੋਂ ਮੁੰਡਾ ਆਕੜ ਕੇ ਕਹਿੰਦਾ ਅਤੇ ਕਰਮਾ ਗੱਲ ਨੂੰ ਗਲੋਂ ਲਾਉਣ ਲਈ ਕਹਿੰਦਾ, ਹਲਾ ਮੈਨੂੰ ਕੀ ਪਤਾ ਸੀ ਤੇਰੇ ਕੌਲੇ ਵਿੱਚ ਵੀ ਪਾਣੀ ਪਿਆ ਹੋਇਆ ਏ। ਕੌਲੇ ਵਿੱਚ ਪਾਣੀ ਪੈਣ ਦੇ ਕੀ ਅਰਥ ਸਨ ਇਹ ਸ਼ਾਇਦ ਕਰਮਾ ਵੀ ਨਹੀਂ ਦੱਸ ਸਕਦਾ ਸੀ, ਪਰ ਅੱਟਾ ਸੱਟਾ ਇਹ ਸੀ ਕਿ ਤੂੰ ਵੀ ਜਵਾਨ ਹੋ ਗਿਆ ਏ ਅਤੇ ਆਪਣੀ ਤਾਕਤ ਦੀ ਪ੍ਰੀਖਿਆ ਕਰਨੀ ਚਾਹੁੰਦਾ ਏ। ਇਹ ਗੱਲ ਸੁਣ ਕੇ ਸਾਰੇ ਮੁੰਡੇ ਹੱਸ ਪੈਂਦੇ ਅਤੇ ਕਰਮੇ ਦੀ ਨਮੋਸ਼ੀ ਰੌਲੇ ਵਿੱਚ ਪੈ ਜਾਂਦੀ। ਜਿਸ ਤਰ੍ਹਾਂ ਕਰਮਾ ਆਪ ਮਾੜਾ ਸੀ, ਇਸੇ ਤਰ੍ਹਾਂ ਉਸਦੇ ਮੁੰਡੇ ਵੀ ਮਾੜੇ ਸਨ। ਜੱਟਾਂ ਦੇ ਨਿੱਕੇ ਨਿੱਕੇ ਉੱਠ ਰਹੇ ਮੁੰਡੇ ਉਹਨਾਂ ਨੂੰ ਢਾਹ ਕੇ ਆਪਣੇ ਸਵੈ ਮਾਨ ਵਿੱਚ ਵਾਧਾ ਕਰਦੇ। ਉਹਨਾਂ ਵਿੱਚੋਂ ਕਿਸੇ ਨੂੰ ਲੰਘਦਾ ਦੇਖਦੇ ਸਾਰ ਹੀ ਸਾਰੇ ਮੁੰਡਿਆਂ ਦਾ ਘੁਲਣ ਨੂੰ ਜੀ ਕਰਾਉਂਦਾ। ਉਸਦੇ ਛੱਡ ਵੀ ਆਖਦਿਆਂ ਆਖਦਿਆਂ ਕੋਈ ਨਿੱਕਾ ਜਿਹਾ ਮੁੰਡਾ ਪੱਟ 'ਤੇ ਥਾਪੀਆਂ ਮਾਰਦਾ, ਉਸਨੂੰ ਜ਼ਮੀਨ 'ਤੇ ਲਿਟਾ ਦਿੰਦਾ। ਕਰਮੇ ਦੇ ਸੰਧਿਆਂ ਦਾ ਵੀ ਇਹੀ ਹਾਲ ਸੀ। ਸਾਰੇ ਜੋਤਰੇ ਵਿੱਚ ਕਰਮਾ ਉਹਨਾਂ ਨਾਲ ਮਸਾਂ 3 ਕਨਾਲਾਂ ਭੋਏ ਵਾ ਸਕਦਾ। ਨਾ ਉਹਨਾਂ ਦਾ ਟੁਰਨ ਨੂੰ ਜੀ ਕਰਦਾ ਅਤੇ ਨਾ ਕਰਮੇ ਦਾ ਉਹਨਾਂ ਨੂੰ ਟੋਰਨ ਨੂੰ। ਹਲਾਂ ਦੀਆਂ ਮਾਂਗਿਆਂ ਵਿੱਚ ਜਿੱਥੇ ਬਹੁਤ ਸਾਰੇ ਹੱਲ ਹੁੰਦੇ, ਕਰਮੇ ਦੀ ਜੋਗ ਹੋਰਾਂ ਜੋਗਾਂ ਦੇ ਕਦਮ ਰੋਕ ਛੱਡਦੀ। ਇਹੋ ਜਿਹੇ ਮੌਕਿਆਂ 'ਤੇ ਉਹਨਾਂ ਨੂੰ ਇੱਕ ਵੱਖਰਾ ਭੋਏ ਦਾ ਟੋਟਾ ਵਾਹੁਣ ਨੂੰ ਦੇ ਦਿੱਤਾ ਜਾਂਦਾ। ਚੁਗਣ ਲੱਗਿਆਂ ਵੀ ਦੂਸਰੇ ਡੰਗਰ ਉਹਨਾਂ ਨੂੰ ਆਪਣੇ ਨੇੜੇ ਚੁਗਣ ਨਹੀਂ ਦਿੰਦੇ ਸਨ, ਸਗੋਂ ਢੁੱਡ ਮਾਰ ਕੇ ਦੂਰ ਪਹੁੰਚਾ ਦਿੰਦੇ। ਕਰਮੇ ਦੇ ਇਸ ਸਾਰੇ ਚੌਗਿਰ ਦੇ ਵਿੱਚ ਜੇ ਕੋਈ ਜਿੰਦ ਵਾਲਾ ਜੀ ਸੀ ਤਾਂ ਉਹ ਸੀ ਕਰਮੇ ਦੀ ਵਹੁਟੀ ਮਾਲਣ। ਮਾਲਣ ਕਰਮੇ ਦੀਆਂ ਹਿੱਸੇ 'ਤੇ ਲਈਆਂ ਪਿਆਲੀਆਂ ਵਿੱਚੋਂ ਸਬਜ਼ੀਆਂ ਖੋਹ ਕੇ ਪਿੰਡ ਵਿੱਚ ਵੇਚਦੀ ਅਤੇ ਇਸ ਤਰ੍ਹਾਂ ਦੁਪਹਿਰ ਤੱਕ ਬਹੁਤ ਸਾਰੀ ਕਣਕ ਇਕੱਠੀ ਕਰ ਲੈਂਦੀ। ਆਮ ਖਿਆਲ ਇਹ ਸੀ ਕਿ ਟੱਬਰ ਦੀਆਂ ਰੋਟੀਆਂ ਮਾਲਣ ਦੀ ਚਤੁਰਾਈ ਅਤੇ ਦੌੜ ਭੱਜ ਵਿੱਚੋਂ ਹੀ ਨਿਕਲਦੀਆਂ ਨੇ, ਕਰਮੇ ਦੀ ਵਾਹੀ ਵਿੱਚੋਂ ਨਹੀਂ। ਆਪਣੀ ਚੁਸਤੀ ਅਤੇ ਮਿਹਨਤ ਕਰਕੇ ਮਾਲਣ ਪਿੰਡ ਦੇ ਵਾਤਾਵਰਣ ਵਿੱਚ ਖਿਲਰੀ ਰਹਿੰਦੀ। ਲੋਕਾਂ ਦੀਆਂ ਗੱਲਾਂ ਬਾਤਾਂ ਵਿੱਚ ਉਸਦਾ ਨਾਂ ਆਉਂਦਾ ਰਹਿੰਦਾ। ਜਰਾ ਖਲੋ ਜਾ ਯਾਰਾ, ਮੈਂ ਵੀ ਨਹਾ ਲਾਂ, ਇਕੱਠੇ ਚੱਲਾਂਗੇ, ਪਿੰਡ ਦੇ ਖੂਹ 'ਤੇ ਨਹਾਉਂਦਾ ਕੋਈ ਗਬਰੇਟਾ ਦੂਸਰੇ ਨੂੰ ਕਹਿੰਦਾ। ਆ ਜਾਈ, ਤੂੰ ਕਿਹੜਾ ਮੇਰੇ ਕੰਧਾੜੇ ਚੜ੍ਹ ਕੇ ਜਾਣਾ ਏ? ਟੁੱਕਰ ਦੀ ਬੁਰਕੀ ਮੂੰਹ ਵਿੱਚ ਪਾਈਏ ਚੱਲ ਕੇ, ਉਹ ਅੱਗੋਂ ਜਵਾਬ ਦਿੰਦਾ। ਅਤੇ ਫਿਰ ਕੋਲ ਖੜ੍ਹਾ ਕੋਈ ਤੀਸਰਾ ਚੋਟ ਲਾਂਦਾ, ਇਹ ਨਹੀਂ ਉਹ ਖਲੋਂਦਾ ਹੁਣ, ਇਹਨੂੰ ਤਾਂ ਘਰ ਮਾਲਣ ਦੇ ਟਿੰਡੇ ਉਡੀਕਦੇ ਨੇ। ਮਾਲਣ ਤੋਂ ਲੈ ਕੇ ਰਿੰਨੀ ਹੋਈ ਸਬਜ਼ੀ ਵਿੱਚ ਬਹੁਤਾ ਸਵਾਦ ਸਮਝਿਆ ਜਾਂਦਾ ਸੀ। ਅਤੇ ਫਿਰ ਇੱਕ ਸਾਲ ਕਰਮੇ ਨੇ ਆਪਣੀ ਪਹਿਲੀ ਜ਼ਮੀਨ ਛੱਡ ਕੇ ਸਰਦਾਰ ਭੁਪਿੰਦਰ ਸਿੰਘ ਦੀ ਜ਼ਮੀਨ ਹਿੱਸੇ 'ਤੇ ਲੈ ਲਈ। ਇਹ ਸਰਦਾਰ ਪੜ੍ਹਿਆ ਹੋਇਆ ਸੀ ਅਤੇ ਆਪਣੀ ਪੜ੍ਹਾਈ ਦੇ ਦਿਨਾਂ ਵਿੱਚ ਵੀ ਕਾਂਗਰਸ ਪਾਰਟੀ ਦਾ ਕੰਮ ਕਰਦਾ ਹੁੰਦਾ ਸੀ। ਹੁਣ ਵੀ ਉਹਦੀ ਰੁਚੀ ਉਸੇ ਪਾਸੇ ਹੀ ਰਹਿੰਦੀ, ਕਾਂਗਰਸ ਦਾ ਪ੍ਰਾਪੇਗੰਡਾ ਕਰਨ ਦੀ ਅਤੇ ਲੋਕਾਂ ਨੂੰ ਉਸ ਵੱਲ ਪ੍ਰੇਰਨ ਦੀ ਉਸ ਵਿੱਚ ਬੜੀ ਲਗਨ ਸੀ। ਕਰਮੇ ਨੂੰ ਅਤੇ ਪਿੰਡ ਦੇ ਹੋਰ ਲੋਕਾਂ ਨੂੰ ਉਹ ਅਖਬਾਰ ਪੜ੍ਹ ਕੇ ਸੁਣਾਉਂਦਾ ਅਤੇ ਗੱਲਾਂ ਬਾਤਾਂ ਨਾਲ ਉਹਨਾਂ ਵਿੱਚ ਕਾਂਗਰਸ ਦਾ ਸਾਥ ਦੇਣ ਦਾ ਹੌਸਲਾ ਭਰਦਾ ਰਹਿੰਦਾ। ਪਿੰਡ ਦੇ 8-10 ਜੋਸ਼ੀਲੇ ਆਦਮੀ ਅਤੇ ਨੰਗੇ ਮੁਨੰਗੇ ਉਸਦੇ ਨਾਲ ਸਨ ਅਤੇ ਜਿਹੜੇ ਇੰਨੇ ਮਲੰਗ ਨਹੀਂ ਹੋਏ ਸਨ ਉਹ ਵੀ ਪਿੰਡ ਦੇ ਵਾਯੂ ਮੰਡਲ ਵਿੱਚ ਇਹਨਾਂ ਖਿਆਲਾਂ ਦੀ ਹੋਂਦ ਕਰਕੇ ਆਪਣੇ ਅੰਦਰ ਤਾਕਤ ਮਹਿਸੂਸ ਕਰਦੇ। ਕਰਮਾ ਵੀ ਇਹਨਾਂ ਗੱਲਾਂ ਦੇ ਅਸਰ ਹੇਠ ਆ ਰਿਹਾ ਸੀ। ਆਪਣੇ ਨਵੇਂ ਖਿਆਲਾਂ ਕਰਕੇ ਉਹ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਵਿਰੁੱਧ ਲੜ ਰਹੇ ਯੋਧਿਆਂ ਦੀ ਭਾਲ ਵਿੱਚ ਖੜ੍ਹਾ ਦੇਖਦਾ ਸੀ। ਗਾਂਧੀ ਅਤੇ ਨਹਿਰੂ ਉਸਦੇ ਸੱਜੇ ਖੱਬੇ ਖੜ੍ਹੇ ਸਨ। ਵੱਡੇ ਦੁਸ਼ਮਣਾਂ ਦੇ ਵੱਡੇ ਖਤਰਿਆਂ ਦੇ ਸਾਹਮਣੇ ਹੋਣ ਕਰਕੇ ਉਸ ਪਿੰਡ ਦੇ ਛੋਟੇ ਲੋਕਾਂ ਤੋਂ ਡਰਨਾ ਛੱਡ ਦਿੱਤਾ ਸੀ। ਪਿੰਡ ਵਿੱਚ ਕੋਈ ਵੱਡਾ ਛੋਟਾ ਜਾਂ ਤਾਕਤਵਰ ਕਮਜ਼ੋਰ ਨਹੀਂ ਸੀ।
ਇੱਥੇ ਅਮੀਰ ਗਰੀਬ ਸਾਰੇ ਉਸਨੂੰ ਪਰ ਅਧੀਨ ਹੀ ਦਿਸਦੇ। ਉਹ ਹੁਣ ਜ਼ਿਮੀਂਦਾਰਾਂ ਨਾਲ ਮੰਜੀ 'ਤੇ ਬੈਠਣ ਲੱਗ ਪਿਆ ਸੀ ਅਤੇ ਇੱਕ ਦਿਨ ਜਦ ਪਿੰਡ ਵਿੱਚ ਬਾਜ਼ੀਗਰਾਂ ਨੇ ਬਾਜ਼ੀ ਪਾਣੀ ਸੀ ਤਾਂ ਉਸਨੇ ਪਰੇ ਵਿੱਚ ਇਹ ਕਹਿ ਦਿੱਤਾ ਸੀ ਕਿ ਭਾਵੇਂ ਕੋਈ ਜ਼ਿਮੀਂਦਾਰ ਹੋਵੇ ਭਾਵੇਂ ਕੰਮੀ, ਉਸਦੀ ਜਿੱਥੇ ਮਰਜ਼ੀ ਹੋਵੇ ਮੰਜੀ ਡਾਹ ਕੇ ਬਾਜ਼ੀ ਵੇਖੇ। ਬਾਜ਼ੀ ਪੈਂਦੀ ਤਾਂ ਕਿਸੇ ਦੀ ਮੰਜੀ ਚੁਕਾਈ ਨਾ ਜਾਵੇ ਅਤੇ ਜ਼ਿਮੀਂਦਾਰਾਂ ਨੇ ਇਹ ਕਹਿ ਕੇ ਉਸਦੀ ਗੱਲ ਮੰਨ ਲਈ ਸੀ ਕਿ ਬਾਜ਼ੀ ਸਾਰੇ ਪਿੰਡ ਦੀ ਵੇਖਣ ਲਈ ਪੈਣੀ ਹੈ ਅਤੇ ਪੈਸੇ ਕਿਸੇ ਨੇ ਆਪਣੀ ਮਰਜ਼ੀ ਨਾਲ ਅਤੇ ਸ਼ੋਭਾ ਲਈ ਦੇਣੇ ਨੇ, ਕਿਸੇ ਦੀ ਮੰਜੀ ਚੁਕਾਉਣ ਦਾ ਕਿਸੇ ਨੂੰ ਕੋਈ ਹੱਕ ਨਹੀਂ, ਇਹ ਮਾੜਾ ਕੰਮ ਹੈ। ਇਹ ਸਾਰਾ ਅਸਰ ਭੁਪਿੰਦਰ ਸਿੰਘ ਦੇ ਪ੍ਰਚਾਰ ਦਾ ਸੀ। ਉਹਨਾਂ ਦੀ ਪਰ ਅਧੀਨਤਾ ਕਰਕੇ ਕਰਮੇ ਨੂੰ ਸਾਰੇ ਲੋਕਾਂ ਨਾਲ ਕੁਝ ਹਮਦਰਦੀ ਜਿਹੀ ਹੋ ਗਈ ਸੀ ਅਤੇ ਇਸ ਲਈ ਉਸ ਤੋਂ ਉਹਨਾਂ ਦਾ ਡਰ ਲੈ ਗਿਆ ਸੀ। ਇਸ ਵੇਲੇ ਸਾਡੀ ਕਿਸੇ ਦੀ ਕੋਈ ਹਸਤੀ ਨਹੀਂ, ਭੁਪਿੰਦਰ ਸਿੰਘ ਉਹਨਾਂ ਨੂੰ ਦੱਸਦਾ। ਸਾਡਾ ਕੋਈ ਕਰੋੜਪਤੀ ਕਿਸੇ ਆਜ਼ਾਦ ਮੁਲਕ ਦੇ ਇੱਕ ਗਰੀਬ ਆਦਮੀ ਦੇ ਬਰਾਬਰ ਨਹੀਂ ਤੁਲ ਸਕਦਾ। ਆਪਣੀ ਇਸ ਗੱਲ ਦੀ ਪੁਸ਼ਟੀ ਲਈ ਉਹ ਇੱਕ ਘਟਨਾ ਸੁਣਾਉਂਦਾ ਹੁੰਦਾ। ਕਹਿੰਦੇ ਨੇ ਬੰਬਈ ਦੇ ਇੱਕ ਸਮੁੰਦਰੀ ਜਹਾਜ਼ ਬਣਾਉਣ ਦੇ ਕਾਰਖਾਨੇ ਦਾ ਮਾਲਕ ਵਲਾਇਤ ਗਿਆ। ਉੱਥੇ ਉਸਦੇ ਕਾਰਖਾਨੇ ਅਤੇ ਦੌਲਤ ਬਾਰੇ ਬਹੁਤ ਕਹਾਣੀਆਂ ਚੱਲੀਆਂ। ਲੋਕ ਉਸਨੂੰ ਪੁੱਛਦੇ ਸਨ ਕਿ ਤੇਰੇ ਕੋਲ ਕਿੰਨਾ ਕੁ ਰੁਪਇਆ ਹੈ। ਬਜਾਏ ਇਸਦੇ ਉਹ ਆਪਣੇ ਰੁਪਏ ਦੇ ਹਿਸਾਬ ਕਿਤਾਬ ਵਿੱਚ ਪੈਂਦਾ ਅਤੇ ਵਲਾਇਤ ਦੇ ਕਾਰਖਾਨੇ ਵਾਲਿਆਂ ਨਾਲ ਆਪਣਾ ਮੁਕਾਬਲਾ ਕਰਦਾ। ਉਸਨੇ ਸਿੱਧਾ ਕਿਹਾ, ਇੱਕ ਅਸਵਤੰਤਰ ਆਦਮੀ ਕੋਲ ਮਾਇਆ ਹੋਣ ਦੇ ਵੀ ਕੁਝ ਅਰਥ ਨਹੀਂ। ਮੈਂ ਤਾਂ ਆਪਣੇ ਘਰ ਦਾ ਵੀ ਮਾਲਕ ਨਹੀਂ, ਮੈਂ ਪੂਰਾ ਆਦਮੀ ਹੀ ਨਹੀਂ ਹਾਂ। ਅਖੀਰ ਇਸ ਪਿੰਡ ਦੀਆਂ ਅਤੇ ਹੋਰਨਾਂ ਲੱਖਾਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੱਧਰਾਂ ਰੰਗ ਲਿਆਈਆਂ ਅਤੇ ਦੇਸ਼ ਆਜ਼ਾਦ ਹੋ ਗਿਆ। ਸਾਰੇ ਹਿੰਦੁਸਤਾਨੀ ਆਜ਼ਾਦ ਹੋ ਗਏ। ਸਰਦਾਰ ਭੁਪਿੰਦਰ ਦੇ ਨਾਲ ਕਰਮਾ ਵੀ ਆਜ਼ਾਦ ਹੋ ਗਿਆ। ਆਜ਼ਾਦ ਹੋ ਕੇ ਵੀ ਉਹ ਕਿਸੇ ਤਰ੍ਹਾਂ ਹਿੱਸੇ 'ਤੇ ਲਈ ਹੋਈ ਜ਼ਮੀਨ ਵਿੱਚ ਵਾਹੀ ਕਰੀ ਗਿਆ, ਪਰ ਉਸਦੀ ਸੂਝਬੂਝ ਅਤੇ ਸਵੈਮਾਨ ਵੱਧ ਰਿਹਾ ਸੀ। ਇੱਕ ਦਿਨ ਪਿੰਡ ਵਿੱਚ ਖੇਤੀਬਾੜੀ ਮਹਿਕਮੇ ਦੇ ਕੁਝ ਕਰਮਚਾਰੀ ਆਏ। ਉਹ ਲੋਕਾਂ ਨੂੰ ਸਾਂਝੀ ਖੇਤੀ ਵੱਲ ਪ੍ਰੇਰਨ ਲਈ ਆਏ ਹਨ। ਉਹ ਇਹ ਚਾਹੁੰਦੇ ਸਨ ਕਿ ਕਰਮੇ ਦਾ ਸਾਰਾ ਪਿੰਡ ਮਿਲ ਕੇ ਇਕੱਠੀ ਵਾਹੀ ਕਰੇ। ਪਿੰਡ ਦੀ ਹਵੇਲੀ ਵਿੱਚ ਇਕੱਠੇ ਹੋਏ ਆਦਮੀਆਂ ਨੂੰ ਉਹਨਾਂ ਆਪਣੀਆਂ ਗੱਲਾਂ ਬਾਤਾਂ ਦੱਸੀਆਂ। ਖੇਤੀ ਦੇ ਪ੍ਰਚਲਿਤ ਤਰੀਕਿਆਂ ਨਾਲ ਤੁਹਾਡੀ ਹਾਲਤ ਵਿੱਚ ਬਹੁਤੀ ਤਰੱਕੀ ਦੀ ਉਮੀਦ ਨਹੀਂ ਹੋ ਸਕਦੀ, ਉਹਨਾਂ ਸਮਝਾਇਆ। ਹੁਣ ਤਾਂ ਨਵੀਆਂ ਲੀਹਾਂ 'ਤੇ ਚੱਲਦਿਆਂ ਹੀ ਕੁਝ ਪੈਰ ਅੱਗੇ ਨੂੰ ਜਾ ਸਕਦਾ ਹੈ। ਪਿੰਡ ਦੀ ਸਾਰੀ ਜ਼ਮੀਨ ਨੂੰ ਤੁਸੀਂ ਇਕੱਠਾ ਕਰਕੇ ਇੱਕੋ ਹੀ ਫਾਰਮ ਬਣਾ ਦਿਓ। ਇਸ ਤਰ੍ਹਾਂ ਤੁਹਾਨੂੰ ਖੇਤੀ ਦੇ ਨਵੀਨ ਤਰੀਕੇ ਚਲਾਉਣ ਲਈ ਮੁਨਾਸਬ ਰਕਬਾ ਮਿਲ ਜਾਏਗਾ। ਅੱਜ ਕੱਲ੍ਹ ਦੇ ਤਰੀਕੇ ਵਿੱਚ ਫਾਰਮ ਛੋਟੀ ਹੋਣ ਦੇ ਇਲਾਵਾ ਇੱਕ ਘਾਟਾ ਇਹ ਹੈ ਕਿ ਜੋ ਜ਼ਮੀਨ ਦਾ ਮਾਲਕ ਹੈ ਉਹੀ ਉਸ ਵਿੱਚ ਖੇਤੀ ਉਗਾਉਣ ਦਾ ਬੰਦੋਬਸਤ ਕਰਦਾ ਹੈ। ਪਰ ਇਹ ਜ਼ਰੂਰੀ ਨਹੀਂ ਕਿ ਮਾਲਕ ਵਿੱਚ ਜ਼ਮੀਨ ਤੋਂ ਵੱਧ ਲਾਭ ਉਠਾਉਣ ਦੀ ਅਕਲ ਹੋਵੇ। ਸਾਂਝੀਵਾਲਤਾ ਨਾਲ ਮਾਲਕ ਅਤੇ ਮੈਨੇਜਰ ਹੋਰ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਯੋਗ ਕੰਮ ਯੋਗ ਆਦਮੀਆਂ ਦੇ ਹੱਥ ਸੌਂਪਿਆ ਜਾਂਦਾ ਹੈ। ਅਤੇ ਅਖੀਰ ਵਧੇਰੇ ਦਰੇਲੀ ਦਿੰਦਿਆਂ ਉਹਨਾਂ ਕਿਹਾ, ਇਹ ਅਸੀਂ ਮੰਨਦੇ ਹਾਂ ਕਿ ਇਸ ਕੰਮ ਦੇ ਆਰੰਭ ਵਿੱਚ ਤੁਹਾਨੂੰ ਔਕੜਾਂ ਆਉਣਗੀਆਂ, ਪਰ ਜਦੋਂ ਜ਼ਮੀਨ ਦੀ ਉਪਜ ਵਧੇਗੀ ਤਾਂ ਬਹੁਤ ਸਾਰੀਆਂ ਔਕੜਾਂ ਆਪੇ ਹੀ ਹੱਲ ਹੋ ਜਾਣਗੀਆਂ। ਅਤੇ ਫਿਰ ਉਹਨਾਂ ਕੁਝ ਹੋਰ ਗੱਲਾਂ ਬਾਤਾਂ ਦੱਸੀਆਂ। ਉਸ ਪਿੰਡ ਦੀ ਭੋਇਣ ਲਈ ਕਪਾਹ ਦਾ ਕਿਹੜਾ ਚੰਗਾ ਬੀਜ ਸੀ ਅਤੇ ਕਣਕ ਦਾ ਕਿਹੜਾ, ਉਹਨਾਂ ਦੀ ਨਹਿਰ ਕਦੋਂ ਬੰਦ ਹੋ ਜਾਏਗੀ ਅਤੇ ਉਸ ਵਿੱਚ ਫਿਰ ਕਦੋਂ ਪਾਣੀ ਆਏਗਾ, ਕਿਸ ਕਿਸ ਦਾ ਨਹਿਰੀ ਮਾਮਲਾ ਖਰਾਬੇ ਕਰਕੇ ਮਾਫ ਹੋ ਗਿਆ ਹੈ ਅਤੇ ਕਿਸ ਕਿਸ ਦਾ ਨਹੀਂ ਹੋਇਆ। ਆਪਣਾ ਕੰਮ ਖਤਮ ਕਰਕੇ ਕਰਮਚਾਰੀ ਵਾਪਸ ਤੁਰ ਪਏ। ਰਸਤੇ ਵਿੱਚ ਕਰਮਾ ਅਤੇ ਦੋ ਹੋਰ ਮੁਜ਼ਾਰੇ ਗਲੀ ਵਿੱਚ ਇੱਕ ਪਾਸੇ ਲੱਕੜਾਂ 'ਤੇ ਬੈਠੇ ਸਨ। ਜ਼ਿਮੀਂਦਾਰ ਦਾ ਉੱਚਾ ਮਕਾਨ ਗਲੀ ਵਿੱਚ ਉਹਨਾਂ 'ਤੇ ਛਾਂ ਕਰ ਰਿਹਾ ਸੀ। ਉਪਰੇ ਆਦਮੀ ਪਿੰਡ ਵਿੱਚ ਵੇਖ ਕੇ ਉਹਨਾਂ ਨੂੰ ਨਮਸਕਾਰ ਕੀਤੀ। ਕਰਮਚਾਰੀ ਵੀ ਉਹਨਾਂ ਕੋਲ ਆ ਕੇ ਖੜ੍ਹੇ ਹੋ ਗਏ। ਕਰਮਾ ਉਹਨਾਂ ਨੂੰ ਜਾਣਦਾ ਨਹੀਂ ਸੀ, ਪਰ ਉਪਰੇ ਆਦਮੀ ਹੋਣ ਕਰਕੇ ਉਹਨਾਂ ਨੂੰ ਜਾਣਨ ਦਾ ਚਾਹਵਾਨ ਜ਼ਰੂਰ ਸੀ। ਕੋਈ ਲੱਸੀ ਪਾਣੀ ਲਿਆਈਏ,
उसने गल छेड़न लई कहा। नहीं कोई त्रेह नहीं, हुणे ही इत्थों पीती है। इत्थों कित्थों, किन्ना वल आए सौ? किसे एक वल ते खास नहीं साए, सारिआं वल ही आए सां। असीं सरकार दे खेतीबाड़ी दे महकमे दे कर्मचारी हाँ, इत्थे गल्लां बातां दसन आए सी। सानू भी कुछ दसी जाओ, असीं भी तिन्ने वाही करने आ, हिस्से ते लै के भोएं वाहने आ। दसन तो ते साडी कोई ना नहीं, दसन लई इत्थे आए सां, पर असीं ते पिंड दी वाही सांझी करन दीआं गल्लां करदे आए हाँ, ते इह गल्लां मुजारिआं दे कम्म दीआं नहीं। इह ते ठीक है कि भोएं तुहाडे कब्जे विच हुंदी है ते तुहाडे नाल मिल के ही अपना रंग दिखांदी है, पर तुसीं अपने आप सांझी वाही दा सिलसिला तां नहीं ना चला सकदे। होर गल्लां असीं बीआं दीआं दस्सीआं ने, भोएं ते भावें तुसीं तैयार करदे हो, पर बीज ते मालक ही खरीद के देवेगा ते मामला भी मालक ही तारेगा। जो कुछ असां उत्थे दस्या है वो सारा इन्हां गल्लां बारे ही सी। ठीक, करमे ने एक लम्मा साह लै के दो अखर ठहर ठहर के मूहों कढ़े ते नाल ही अपने सिर नूं उतां तों हेठां वल हौली हौली दो तीन वार हिलाया ते इस तरह मुलाकात खत्म कर दित्ती। कर्मचारी खुश सन कि उन्होंने इन्नी छेती अपनी गल समझा ली है, पर करमे दा मन किसे होर पासे तुर पिया सी। आज़ादी पिछों करमे नूं 100 तरह दे हक सहूलतां दित्तियां गईआं सन, पर धरती दे जिस टुकड़े नूं ओह हर वेले बनांदा संवारदा रहिंदा सी, जिस विच उगे दरख्तां दीआं टहिणियां ओह घर बैठा गिण सकदा सी, जिस दी किसे वट दा कोई डिंग उसकी अख विच रड़कदा रहिंदा सी, जिस ते उच्चे नीवें थां उसनूं इस तरह चुभदे सन जिवें किसे शुकीन आदमी दे कपड़े ते दाग, उस धरती ते उसका कोई भी हक नहीं सी। जहाजां दे कारखाने दे मालक दी जिहड़ी गल भुपिंदर सिंह ने दसी सी ओह उसनूं याद आ रही सी। एक असवतंत्र आदमी कोल माया होण दे भी कुछ अर्थ नहीं। मैं ते अपने घर दा भी मालक नहीं, मैं पूरा आदमी नहीं हाँ। करमे नूं इस तरह लगा जिवें भुपिंदर सिंह दी दसी हुई आज़ादी विच उस लई अजे कसर सी। जहाजां दे कारखाने दे मालक वांग ओह अजे पूरा आदमी नहीं सी बनिया, पौना ही सी। धरती हेठला बोल्द। ठट्ठी खारा पिंड अमृतसर तो नेड़े ही सी, पक्की सड़क ते, ते जिस मौज विच मान सिंह जा रहा सी उस विच ते दूर दे पिंड भी नेड़े ही लगते ने, इसलिए भावें शाम हो रही सी ते टांगे दे थके हुए घोड़े दी टाप भी मठी हो रही सी उसनूं कोई चिंता नहीं सी। मान सिंह छुट्टी ते आया होया एक फौजी सी। ठट्ठी खारा उसदे यार करम सिंह दा पिंड सी। जिन्नियां गूढ़ियां यारियां फौज विच लगदियां ने होर किते नहीं लगदियां। पहला तो वह दोवें अपने रेजीमेंटल सेंटर विच इकट्ठे रहे ते हुण एक बटालियन विच बर्मा फ्रंट ते लड़ रहे सन। करम सिंह पहला दा भर्ती सी ते हुण हौलदारी करदा सी, पर मान सिंह अजे मसा नायकी तक ही अपड़िया सी। करम सिंह बारे एक खास गल ए सी कि उसकी जीभ विच बड़ा रस सी। पिंड दे कई होर मुंडे भी फौज विच सन, जदों उह छुट्टी आउंदे तां पिंड दे बंदिआं नाल उहनां दी गल वाहिगुरु जी की फतेह तों अगे ना टुटदी, पर जदों करम सिंह पिंड आउंदा तां खूह ते नहाउण वालिआं दीआं भीड़ां वध जांदीआं। सियाल दी अद्धी अद्धी रात लोग ठंडी हो रही दाने भुनन वाली पट्ठी दे सेक आसरे बैठे करम सिंह दीआं गल्लां सुणदे रहिंदे। पिछे रेजिमेंट विच उसकी राइफल का निशाना बड़ा मशहूर सी। निशाने मारन के मुकाबलों विच उसकी गोली निशाने दे इस तरह ठीक विचकारों लंघदी जिवें हाथ आप हथ फड़ के लंघाई गई होवे। हुण लड़ाई विच उसके पक्के निशाने ने कई दूर लुके हुए ते दरख्तां दे टां जहे दिसदे जपानी डेगे सन। इस तरह
ਉਹ ਜਾਪਾਨੀ ਨਿਸ਼ਾਨਚੀਆਂ ਦੀਆਂ ਗੋਲੀਆਂ ਨਾਲ ਮਰੇ ਆਪਣੇ ਆਦਮੀਆਂ ਦੇ ਬਦਲੇ ਚੁਕਾਉਂਦਾ ਅਤੇ ਆਪਣੀ ਪਲਟਨ ਦਾ ਦਿਲ ਠੰਡਾ ਕਰਦਾ। ਜਿੱਥੇ ਮਸ਼ੀਨ ਗੰਨਾਂ ਦੀਆਂ ਗੋਲੀਆਂ ਦੀ ਵਾਛੜ ਨਿਸਫਲ ਹੋ ਜਾਂਦੀ, ਉੱਥੇ ਕਰਮ ਸਿੰਘ ਦੀ ਇੱਕ ਗੋਲੀ ਕੰਮ ਸਵਾਰ ਦਿੰਦੀ। ਭਾਵੇਂ ਹੁਣ ਕਰਮ ਸਿੰਘ ਦੇ ਹੱਡ ਕੁਝ ਪੁਰਾਣੇ ਹੁੰਦੇ ਜਾਂਦੇ ਸਨ, ਪਰ ਜਦੋਂ ਜਿਮਨਾਸਟਿਕ ਦੇ ਡੰਡਿਆਂ 'ਤੇ ਖੇਡਾਂ ਕਰਦਾ ਤਾਂ ਵੇਖਣ ਵਾਲਿਆਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸਨੂੰ ਕੋਈ ਭੂਤ ਚੰਬੜ ਗਿਆ ਹੋਵੇ। ਇੱਥੇ ਲੜਾਈ ਵਿੱਚ ਤਾਂ ਖੈਰ ਇਹ ਸਭ ਕੁਝ ਬੰਦ ਸੀ, ਹੋਰ ਵੀ ਬਹੁਤ ਕੁਝ ਬੰਦ ਸੀ। ਕਦੀ ਕਸੀਆਂ ਹੋਈਆਂ ਵਰਦੀਆਂ ਪਾ ਕੇ ਬੈਂਡ ਨਾਲ ਪਰੇਡ ਨਹੀਂ ਕੀਤੀ ਸੀ, ਕੋਈ ਬਾਜ਼ਾਰ ਨੇੜੇ ਨਹੀਂ ਸੀ ਜਿੱਥੇ ਮੁਫਤੀ ਪਾ ਕੇ ਕੋਈ ਜਾ ਸਕੇ, ਕਦੇ ਕੋਈ ਪਿੰਡ ਦਾ ਇਲਾਕੇ ਦਾ ਬੰਦਾ ਨਹੀਂ ਮਿਲਿਆ ਸੀ। ਇਸ ਕਰਕੇ ਜਦੋਂ ਮਾਨ ਸਿੰਘ ਦੀ ਛੁੱਟੀ ਦੀ ਵਾਰੀ ਆਈ ਤਾਂ ਕਰਮ ਸਿੰਘ ਬੜਾ ਔਖਾ ਹੋਇਆ। ਜੇ ਉਹਨੂੰ ਵੀ ਛੁੱਟੀ ਮਿਲ ਜਾਂਦੀ ਤਾਂ ਦੋਵੇਂ ਇਕੱਠੇ ਹੀ ਛੁੱਟੀਆਂ ਗੁਜ਼ਾਰਦੇ ਅਤੇ ਫਿਰ ਇਕੱਠੇ ਹੀ ਮੁੜ ਆਉਂਦੇ। ਅੰਮ੍ਰਿਤਸਰੋਂ ਚੂੜ ਕਰਨਾ ਕਿਹੜਾ ਦੂਰ ਸੀ, ਪੰਜ ਕੋਹਾਂ ਦੀ ਵਿੱਥ ਨਹੀਂ ਸੀ। ਭਾਵੇਂ ਪਹਿਲੇ ਨੂੰ ਮਾਝਾ ਅਤੇ ਦੂਸਰੇ ਨੂੰ ਬਾਰ ਆਖਦੇ ਸਨ, ਭਾਵੇਂ ਪਹਿਲਾਂ ਮੁੱਢ ਕਦੀਮਾ ਤੋਂ ਵਸਿਆ ਹੋਇਆ ਸੀ ਅਤੇ ਦੂਸਰੇ ਨੂੰ ਚੰਗੀ ਤਰ੍ਹਾਂ ਜੰਮ ਕੇ ਵਸਿਆ ਅਜੇ ਥੋੜ੍ਹਾ ਚਿਰ ਹੀ ਹੋਇਆ ਸੀ। ਪਰ ਛੁੱਟੀ ਇਹਨਾਂ ਦਿਨਾਂ ਵਿੱਚ ਬੜੀ ਔਖੀ ਮਿਲਦੀ ਸੀ, ਕਦੀ ਕਦੀ ਕਿਸੇ ਨੂੰ, ਜਿਸ ਤਰ੍ਹਾਂ ਲੜਾਈ ਵਿੱਚ ਬਹਾਦਰੀ ਦੇ ਤਸਮੇ ਕਦੀ ਕਦੀ ਹੀ ਕਿਸੇ ਨੂੰ ਮਿਲਦੇ। ਅਤੇ ਜਦੋਂ ਮਾਨ ਸਿੰਘ ਪਿਛਾਂ ਤੋਂ ਆਉਂਦੇ ਫੌਜੀ ਟਰੱਕ ਵਿੱਚ ਬੈਠਣ ਲੱਗਾ ਤਾਂ ਕਰਮ ਸਿੰਘ ਨੇ ਕਿਹਾ, ਸਾਡੇ ਘਰ ਵੀ ਹੁੰਦਾ ਆਵੀਂ ਤੂੰ, ਮੇਰੇ ਕੋਲੋਂ ਆਏ ਨੂੰ ਤੈਨੂੰ ਵੇਖਣਗੇ ਤਾਂ ਅੱਧਾ ਮੇਲ ਤਾਂ ਉਹਨਾਂ ਦਾ ਹੋ ਜਾਏਗਾ, ਫਿਰ ਉਹਨਾਂ ਕੋਲੋਂ ਆਏ ਨੂੰ ਤੈਨੂੰ ਮੈਂ ਵੇਖਾਂਗਾ ਅਤੇ ਤੇਰੇ ਕੋਲੋਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਾਂਗਾ ਤਾਂ ਅੱਧਾ ਮੇਲ ਮੇਰਾ ਵੀ ਹੋ ਜਾਏਗਾ। ਫਿਰ ਆਪਣੇ ਇਲਾਕੇ ਵਿੱਚ ਉਸਦੀ ਦਿਲਚਸਪੀ ਵਧਾਉਣ ਲਈ ਉਸ ਪੁੱਛਿਆ, ਤੂੰ ਅੱਗੇ ਕਦੀ ਉੱਧਰ ਗਿਆ ਹੈ ਕਿ ਨਹੀਂ? ਨਹੀਂ, ਅੰਮ੍ਰਿਤਸਰ ਵਿੱਚੋਂ ਹੀ ਲੰਘਿਆ ਹਾਂ, ਪਰਾਂ 'ਤੇ ਕਦੀ ਨਹੀਂ ਗਿਆ। ਉੱਧਰ ਬੜੇ ਗੁਰਦੁਆਰੇ ਨੇ, ਤਰਨ ਤਾਰਨ, ਖਡੂਰ ਸਾਹਿਬ, ਗੋਇੰਦਵਾਲ, ਸਾਰੀ ਥਾਈਂ ਮੱਥਾ ਟੇਕ ਆਵੇਂ, ਨਾਲੇ ਸਾਡੇ ਘਰ ਹੋ ਆਵੇਂ, ਮੈਂ ਚਿੱਠੀ ਪਾ ਦਿਉਂ ਉਹਨਾਂ ਨੂੰ। ਅਤੇ ਇਸੇ ਕਰਕੇ ਆਪਣੀਆਂ ਛੁੱਟੀਆਂ ਮੁੱਕਣ ਦੇ ਨੇੜੇ ਅੱਜ ਉਹ ਟਾਂਗੇ 'ਤੇ ਚੜਿਆ ਕਰਮ ਸਿੰਘ ਦੇ ਪਿੰਡ ਜਾ ਰਿਹਾ ਸੀ। ਬਾਪੂ ਜੀ, ਮੈਂ ਮਾਨ ਸਿੰਘ ਹਾਂ, ਚੂੜ ਕਰਨਿਓ। ਉਸਨੇ ਕਰਮ ਸਿੰਘ ਦੇ ਘਰ ਦੀ ਡਿਊਟੀ ਵਿੱਚ ਬੈਠੇ ਬਾਬੇ ਨੂੰ ਹੱਥ ਜੋੜ ਕੇ ਕਿਹਾ, ਆਓ ਜੀ, ਜੀਓ ਆਇਆਂ ਨੂੰ, ਆਓ ਬਹਿ ਜਾਓ। ਮਾਨ ਸਿੰਘ ਅੰਦਰ ਲੰਘ ਕੇ ਮੰਜੀ 'ਤੇ ਬਹਿ ਗਿਆ। ਉਸਦੇ ਆਉਣ ਕਰਕੇ ਬਾਬਾ ਕੁਝ ਔਖਾ ਔਖਾ ਲੱਗਦਾ ਸੀ। ਪਹਿਲਾਂ ਤਾਂ ਇੱਧਰ ਉੱਧਰ ਵੇਖ ਰਿਹਾ ਸੀ, ਪਰ ਹੁਣ ਉਸਨੇ ਚੁੱਪ ਚਾਪ ਨੀਵੀਂ ਪਾ ਲਈ। ਮਾਨ ਸਿੰਘ ਕਾਹਲੇ ਸੁਭਾਅ ਦਾ ਨਹੀਂ ਸੀ, ਪਰ ਆਪਣੀ ਇਸ ਆਓ ਭਗਤ 'ਤੇ ਉਸਨੂੰ ਬੜੀ ਹੈਰਾਨੀ ਹੋਈ। ਹੋ ਸਕਦਾ ਸੀ ਇਹ ਕੋਈ ਓਪਰਾ ਆਦਮੀ ਹੋਵੇ। ਤੁਸੀਂ ਕਰਮ ਸਿੰਘ ਦੇ ਬਾਪ ਹੋ? ਉਸਨੇ ਚੰਗੇਰੀ ਮਿਲਣ ਦੀ ਮੰਗ ਕਰਦੇ ਹੋਏ ਕਿਹਾ। ਆਹੋ ਜੀ, ਇਹ ਉਹਦਾ ਹੀ ਘਰ ਹੈ। ਉਸ ਮੇਰੇ ਬਾਰੇ ਤੁਹਾਨੂੰ ਕੋਈ ਚਿੱਠੀ ਲਿਖੀ ਸੀ? ਹਾਂ, ਉਸ ਲਿਖਿਆ ਸੀ ਵੀ ਤੁਸੀਂ ਆਓਗੇ ਸਾਡੇ ਕੋਲ। ਅਤੇ ਬੁੱਢਾ ਉੱਠ ਕੇ ਵਿਹੜੇ ਵੱਲ ਨੂੰ ਤੁਰ ਪਿਆ। ਇੱਕ ਕੱਟੀ ਨੂੰ ਉਸ ਖੋਲ੍ਹ ਕੇ ਕਿੱਲੇ ਤੋਂ ਦੂਸਰੇ ਕਿੱਲੇ 'ਤੇ ਬੱਧਾ, ਫਿਰ ਉਸਦੇ ਪਿੰਡੇ 'ਤੇ ਹੱਥ ਫੇਰਿਆ ਅਤੇ ਫਿਰ ਉਸਨੂੰ ਆਪਣਾ ਹੱਥ ਚੱਟਣ ਲਈ ਦਿੱਤਾ। ਫਿਰ ਅੰਦਰ ਜਾ ਕੇ ਮਾਨ ਸਿੰਘ ਦੇ ਆਉਣ ਦਾ ਪਤਾ ਦਿੱਤਾ ਅਤੇ ਚਾਹ ਲਿਆਉਣ ਲਈ ਆਖਿਆ। ਅਤੇ ਜਿਸ ਤਰ੍ਹਾਂ ਮੁੜ ਕੇ ਡਿਊਟੀ ਵਿੱਚ ਆਉਣ ਤੋਂ ਡਰਦਾ ਹੋਵੇ, ਉਹ ਫਿਰ ਵਿਹੜੇ ਵਿੱਚ ਬੱਧੀ ਘੋੜੀ ਕੋਲ ਖਲੋ ਗਿਆ। ਉਸਨੇ ਅੱਗੇ ਪਈ ਤੂੜੀ ਨੂੰ ਹਿਲਾਇਆ, ਹੋਰ ਛੋਲੇ ਲਿਆ ਕੇ ਵਿੱਚ ਪਾਏ ਅਤੇ ਅਖੀਰ ਮੁੜ ਕੇ ਡਿਊਟੀ ਵਿੱਚ ਆ ਗਿਆ। ਬਾਬਾ ਹੁਣ ਕੁਝ ਵਧੇਰੇ ਆਪਣੇ ਆਪ ਵਿੱਚ ਸੀ। ਉਹ ਮਾਨ ਸਿੰਘ ਵੱਲ ਅਤੇ ਸੱਜੇ ਖੱਬੇ ਵੀ ਝਾਕ ਰਿਹਾ ਸੀ। ਜਸਵੰਤ ਸਿੰਘ ਕਿੱਥੇ ਵੇ? ਮਾਨ ਸਿੰਘ ਨੂੰ ਪਤਾ ਸੀ ਕਿ ਕਰਮ ਸਿੰਘ ਦੇ ਨਿੱਕੇ ਭਰਾ ਦਾ ਨਾਂ ਜਸਵੰਤ ਸਿੰਘ ਏ। ਹੁਣੇ ਆ ਜਾਂਦਾ ਏ ਚਰੀ ਦੀ ਗੱਡ ਲੈ ਕੇ। ਇੰਨੇ ਨੂੰ ਕਰਮ ਸਿੰਘ ਦੀ ਬੇਬੇ ਚਾਹ ਲੈ ਕੇ ਆ ਗਈ। ਬੇਬੇ ਜੀ, ਸਤਿ ਸ੍ਰੀ ਅਕਾਲ। ਮਾਨ ਸਿੰਘ ਨੇ ਹੱਸਦੀਆਂ ਅੱਖਾਂ ਨਾਲ ਬੁੱਢੀ ਵੱਲ ਵੇਖਿਆ। ਬੁੱਢੀ ਦੇ ਹੋਂਠ ਕੁਝ ਕਹਿਣ ਲਈ ਫਰਕੇ, ਪਰ ਕੋਈ ਅੱਖਰ ਨਾ ਬਣ ਸਕਿਆ। ਮਾਨ ਸਿੰਘ ਨੇ ਚਾਹ ਵਾਲੀ ਗੜਵੀ ਅਤੇ ਕੌਲੀ ਉਸਦੇ ਹੱਥੋਂ ਫੜ ਲਈ ਅਤੇ ਉਹ ਵਾਪਸ ਚਲੀ ਗਈ।
ਇਹ ਮਜੈਲ ਕਿਸ ਤਰ੍ਹਾਂ ਦੇ ਆਦਮੀ ਨੇ? ਮਾਨ ਸਿੰਘ ਹੈਰਾਨ ਹੋ ਰਿਹਾ ਸੀ। ਆਪਣੇ ਵਿੱਚੋਂ ਬੜਾ ਤੰਗ ਸੀ, ਪਰ ਹੁਣ ਇਹ ਘਰ ਆ ਕੇ ਵਾਪਸ ਥੋੜ੍ਹਾ ਜਾ ਸਕਦਾ ਸੀ। ਚਲੋ ਇੱਕ ਰਾਤ ਰਹਿ ਕੇ ਮੁੜ ਚੱਲਾਂਗੇ, ਉਸ ਫੈਸਲਾ ਕੀਤਾ। ਰਾਤ ਨੂੰ ਜਦੋਂ ਜਸਵੰਤ ਸਿੰਘ ਆਇਆ ਤਾਂ ਇਸ ਰੌਣਕ ਵਿੱਚ ਗੱਲਾਂ ਬਾਤਾਂ ਕੁਝ ਖੁੱਲ੍ਹੀਆਂ ਹੋਣ ਲੱਗੀਆਂ। ਬੜੀ ਮਸ਼ਹੂਰ ਹੋਈ ਹੋਈ ਹੈ ਗੋਲੀ ਕਰਮ ਸਿੰਘ ਦੀ ਉੱਥੇ ਬਰਮਾ ਦੀ ਲੜਾਈ ਵਿੱਚ। ਬਸ ਉਹਦੇ ਘੋੜਾ ਡੱਬਣ ਦੀ ਢੇਰ ਹੁੰਦੀ ਹੈ, ਅੱਖ ਦੇ ਫੋਰ ਵਿੱਚ ਇੱਕ ਜਪਾਨੀ ਹੇਠਾਂ ਲੇਟ ਜਾਂਦਾ ਹੈ। ਸਾਨੂੰ ਨਾਲ ਟੁਰਦਿਆਂ ਨੂੰ ਪਤਾ ਵੀ ਨਹੀਂ ਲੱਗਦਾ ਉਹ ਸਭ ਕਿੱਥੋਂ ਲਿਆ। ਮਾਨ ਸਿੰਘ ਇੱਥੇ ਰੁਕ ਗਿਆ, ਇਸ ਉਮੀਦ ਤੋਂ ਕਿ ਉਹ ਸਾਰੇ ਬਰਮਾ ਦੀ ਲੜਾਈ ਦੀਆਂ ਬਹੁਤ ਸਾਰੀਆਂ ਗੱਲਾਂ ਪੁੱਛਣਗੇ। ਉਸ ਦਾ ਅੰਦਰ ਗੱਲਾਂ ਨਾਲ ਭਰਿਆ ਪਿਆ ਸੀ, ਪਰ ਇੱਥੇ ਤਾਂ ਕੋਈ ਸੁਣਦਾ ਹੀ ਨਹੀਂ ਸੀ। ਕੁਝ ਚਿਰ ਇਸ ਤਰ੍ਹਾਂ ਹੀ ਸੁਣ ਰਹੀ ਅਤੇ ਫਿਰ ਬੁੱਢੇ ਨੇ ਜਸਵੰਤ ਸਿੰਘ ਨੂੰ ਕਿਹਾ, ਆਪਣੀ ਵਾਰੀ ਕਦੋਂ ਹੈ ਪਾਣੀ ਦੀ? ਪਰਸੋਂ 3 ਵਜੇ ਸਵੇਰੇ ਲੱਗਣੀ ਹੈ। 3 ਵਜੇ ਸਵੇਰ ਦਾ ਨਾਂ ਸੁਣ ਕੇ ਮਾਨ ਸਿੰਘ ਨੇ ਫਿਰ ਗੱਲ ਛੇੜੀ। ਉਹ ਆਪਣੇ ਯਾਰ ਦੀਆਂ ਰੱਜ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ। ਹੋਰ ਗੱਲ ਤੇ ਗੱਲ, ਕਰਮ ਸਿੰਘ ਪਹਿਰ ਰਾਤ ਉੱਠਣ ਤੋਂ ਤਾਂ ਬਚ ਗਿਆ। ਫੌਜ ਵਿੱਚ ਸਵੇਰੇ ਉੱਠਣ ਦਾ ਬੜਾ ਆਲਸ ਹੈ ਉਹਨੂੰ, ਸਾਰਿਆਂ ਤੋਂ ਪਿੱਛੋਂ ਉੱਠਦਾ ਹੈ ਉੱਥੇ। ਇਸ ਨਾਲ ਵੀ ਕਿਸੇ ਦਾ ਉਤਸ਼ਾਹ ਨਾ ਜਾਗਿਆ। ਫਿਰ ਰੋਟੀ ਆਈ, ਉਹਨਾਂ ਕਾਫੀ ਉਚੇਚ ਕੀਤਾ ਹੋਇਆ ਸੀ। ਨਾਲ ਨਾਲ ਜਸਵੰਤ ਉਹਨੂੰ ਰੋਟੀ ਖਾਂਦੇ ਨੂੰ ਪੱਖਾ ਚੱਲ ਰਿਹਾ ਸੀ। ਉਸਦਾ ਇਹ ਖਿਆਲ ਕਿ ਉਹ ਉਸ ਵੱਲ ਧਿਆਨ ਨਹੀਂ ਦੇ ਰਹੇ ਸਨ ਦਿਲੋਂ ਨਿਕਲ ਗਿਆ। ਰੋਟੀ ਖਾਂਦਿਆਂ ਖਾਂਦਿਆਂ ਕਰਮ ਸਿੰਘ ਦਾ ਨਿੱਕਾ ਜਿਹਾ ਮੁੰਡਾ ਟੁਰਦਾ ਟੁਰਦਾ ਮਾਨ ਸਿੰਘ ਦੀ ਮੰਜੀ ਕੋਲ ਆ ਗਿਆ। ਜੇ ਉਹ ਹੋਰ ਕਿਸੇ ਨਾਲ ਕਰਮ ਸਿੰਘ ਦੀਆਂ ਗੱਲਾਂ ਨਹੀਂ ਕਰ ਸਕਦਾ ਸੀ ਤਾਂ ਉਹਦੇ ਮੁੰਡੇ ਨਾਲ ਤਾਂ ਕਰ ਸਕਦਾ ਸੀ ਨਾ। ਮਾਨ ਸਿੰਘ ਨੇ ਉਸਨੂੰ ਕੁੱਛੜ ਚੁੱਕ ਲਿਆ। ਓਏ ਆਪਣੇ ਬਾਪੂ ਕੋਲ ਚੱਲਣਾ ਹੀ, ਜਾਣਾ ਹੀ ਤਾਂ ਚੱਲ ਮੇਰੇ ਨਾਲ, ਬੜਾ ਮੀਂਹ ਪੈਂਦਾ ਏ ਉੱਥੇ, ਪਾਣੀ ਵਿੱਚ ਟੁਰਿਆ ਫਿਰੀ। ਮਾਨ ਸਿੰਘ ਦੀ ਇਹ ਗੱਲ ਬਾਪੂ ਨੂੰ ਸੂਲ ਵਾਂਗ ਚੁਭੀ। ਆ ਫੜ ਲੈ ਮੁੰਡੇ ਨੂੰ, ਉੱਧਰ ਰੱਖ, ਰੋਟੀ ਤਾਂ ਖਾ ਲੈਂਦਿਆ ਕਰੋ ਆਰਾਮ ਨਾਲ, ਬਾਪੂ ਨੇ ਜ਼ਰਾ ਤੇਜ਼ ਹੋ ਕੇ ਕਿਹਾ ਅਤੇ ਬੇਬੇ ਆ ਕੇ ਮੁੰਡਾ ਚੁੱਕ ਕੇ ਲੈ ਗਈ। ਹੁਣ ਤਾਂ ਘਰ ਦੀ ਹਵਾ ਵਿੱਚ ਮਾਨ ਸਿੰਘ ਨੂੰ ਸਾਹ ਲੈਣਾ ਔਖਾ ਹੋ ਰਿਹਾ ਸੀ। ਇੱਧਰ ਦਾ ਪੈਂਡਾ ਮੁਕਾ ਕੇ ਉਸਦਾ ਛੇਤੀ ਛੇਤੀ ਮੁੜਨ ਨੂੰ ਜੀ ਕਰਦਾ ਸੀ। ਉਸ ਆਪਣੇ ਅਗਲੇ ਦਿਨ ਦੇ ਚੱਕਰ ਬਾਰੇ ਪੁੱਛ ਗਿੱਛ ਆਰੰਭੀ। ਇੱਥੋਂ ਤਰਨ ਤਾਰਨ ਕਿੰਨਾ ਏ? 4 ਕੋ ਪਿੰਡ ਆਏ। ਟਾਂਗਾ ਮਿਲ ਜਾਂਦਾ ਹੋਵੇਗਾ ਸਵੇਰੇ ਸਵੇਰੇ ਹੀ। ਟਾਂਗਿਆਂ ਟੁੰਗਿਆਂ ਦਾ ਕੋਈ ਫਿਕਰ ਨਾ ਕਰ ਤੂੰ, ਜਸਵੰਤ ਨੂੰ ਤੇਰੇ ਨਾਲ ਘੱਲਾਂਗੇ, ਦੋਵੇਂ ਭਰਾ ਇਕੱਠੇ ਹੀ ਮੱਥਾ ਟੇਕ ਆਇਓ ਸਾਰੇ। ਇਸ ਗੱਲ 'ਤੇ ਮਾਨ ਸਿੰਘ ਰਾਜ਼ੀ ਸੀ, ਜਸਵੰਤ ਏਡਾ ਘੁੱਟਿਆ ਹੋਇਆ ਬੰਦਾ ਨਹੀਂ ਸੀ। ਪਰ ਮਾਨ ਸਿੰਘ ਦੇ ਨਾਲ ਟੁਰਦਿਆਂ 'ਤੇ ਉਹ ਵੀ ਕੁਝ ਘੁੱਟਿਆ ਹੀ ਗਿਆ। ਜਿਹੜੇ ਜਾਣੂ ਬੰਦੇ ਉਹਨੂੰ ਰਾਹ ਵਿੱਚ ਮਿਲਦੇ ਉਹ ਉਹਨਾਂ ਨੂੰ ਦੂਰੋਂ ਹੀ ਫਤਿਹ ਬੁਲਾ ਕੇ ਅਗਾਂਹ ਟੁੱਟ ਪੈਂਦਾ। ਭਾਵੇਂ ਮਾਨ ਸਿੰਘ ਦਾ ਜੀ ਕਰਦਾ ਸੀ ਕਿ ਉਹ ਆਪ ਖਲੋ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰੇ, ਉਸਨੇ ਕਿਹੜਾ ਰੋਜ਼ ਰੋਜ਼ ਇਸ ਪਾਸੇ ਆਉਣਾ ਸੀ। ਕਰਮ ਸਿੰਘ ਨੇ ਤਾਂ ਬੜਾ ਜਸ ਖੱਟਿਆ ਏ ਫੌਜ ਵਿੱਚ, ਤੂੰ ਕਿਉਂ ਨਾ ਫੌਜ ਵਿੱਚ ਗਿਆ? ਮਾਨ ਸਿੰਘ ਨੇ ਫਿਰ ਕਰਮ ਸਿੰਘ ਨੂੰ ਅੱਗੇ ਲੈ ਆਂਦਾ। ਜਸਵੰਤ ਇਕਦਮ ਇਕੱਠਾ ਹੋ ਗਿਆ, ਜਿਵੇਂ ਕੋਈ ਚੋਰੀ ਕਰਦਾ ਫੜਿਆ ਜਾਂਦਾ ਏ। ਕੁਝ ਠਹਿਰ ਕੇ ਉਸਨੇ ਕਿਹਾ, ਇੱਕ ਥੋੜ੍ਹਾ ਏ ਫੌਜ ਵਿੱਚ, ਚਰੀਆਂ ਕਮਾਦਾਂ ਕਿੱਡੇ ਕਿੱਡੇ ਹੋ ਗਏ ਨੇ ਆਪਣੇ ਵੱਲ। ਇੱਕ ਚਰੀ ਦੀ ਪੈਲੀ ਕੋਲੋਂ ਲੰਘਦਿਆਂ ਜਸਵੰਤ ਨੇ ਗੱਲ ਚਲਾਈ, ਬੰਦੇ ਬੰਦੇ ਜਿੱਡੇ ਖੜ੍ਹੇ ਨੇ। ਪਰ ਉਸਦਾ ਦਿਲ ਇਸ ਗੱਲ ਵਿੱਚ ਨਹੀਂ ਸੀ, ਉਹ ਤੇ ਆਪਣੇ ਯਾਰ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ। ਪਿੰਡ ਮੁੜ ਕੇ ਮਾਨ ਸਿੰਘ ਪਿਛਾ ਜਾਣ ਦੀਆਂ ਸਲਾਹਾਂ ਵਿੱਚ ਸੀ। ਅੰਮ੍ਰਿਤਸਰੋਂ ਰਾਤ ਦੀ ਗੱਡੀ ਚੜ੍ਹ ਕੇ ਉਹ ਸਵੇਰ ਵੇਲੇ ਫਿਰ ਪਿੰਡ ਅੱਪੜ ਸਕਦਾ ਸੀ। ਭਾਵੇਂ ਆਪੋ ਆਪਣੀ ਥਾਈਂ ਸਾਰਿਆਂ ਨੇ ਉਸ ਲਈ ਕਾਫੀ ਉਚੇਚ ਕੀਤੀ ਸੀ, ਪਰ ਉਸਨੂੰ ਇਸ ਫੇਰੇ ਦਾ ਉਮੈਦ ਤੋਂ ਬਹੁਤ ਘੱਟ ਸਵਾਦ ਆਇਆ ਸੀ। ਇਸ ਵੇਲੇ ਵੀ ਅੰਦਰ ਉਸ ਲਈ ਚਾਹ ਤਿਆਰ ਹੋ ਰਹੀ ਸੀ, ਡਿਊਟੀ ਵਿੱਚੋਂ ਇਕੱਲਾ ਹੀ ਸੀ। ਸਾਹਮਣੇ ਗਲੀ ਵਿੱਚ ਝੋਲਾ ਗਲ ਵਿੱਚ ਲਟਕਾਈ ਡਾਕੀਆ ਟੁਰਿਆ ਆਉਂਦਾ ਸੀ। ਪਹਿਲਾਂ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਉਹ ਟੁਰਦਾ ਟੁਰਦਾ ਸਿੱਧਾ ਹੀ ਅੱਗੇ ਲੰਘ ਜਾਵੇਗਾ,
पर फिर वह ड्यूटी विच आ के मंजी ते बैठ गया। की लियायो? लियाना की है? आ पेंशन आई है बेचारे करम सिंह दी। करम सिंह दी पेंशन? करम सिंह मारिया गया। बादशाहो, सारा इलाका त्रास त्रास पिया करदा है ते तुसी उहदे घर बैठे पुछदे हो करम सिंह मारिया गया है। चिट्ठियां आया ते अज 15 दिन हो गए ने। दो वार मान सिंह दा साह काला जिहा आया। सिर ते नक तो उतले हिस्से दी एक मुठ जही मिट्टी गई ते फिर अखां राही पानी निचुड़न नाल ढिल्ली होण लगी। करम सिंह दा घर अंदर गया होया उहदा पिता उहदा निक्का जिहा मुंडा उसनू रोण विच मदद दे रहे सन। बापू ने बाहरों ही डाकिया बैठा वेख के समझ लिया सी कि गल निकल गई है। हुण भार चुक्की फिरन दी कोई लोड़ नहीं सी। अठां पहरां दा दबा ढिल्ला होया ते अथरू वग तुरे। फिर ढेर चिर कोल कोल बैठे अपने आप नूं हौला करदे रहे। फिर मान सिंह बोलिया, तुसां मैनूं आउंदे ही क्यों ना दस्सिया? एवें असां आख्या मुंडा छुट्टी आया होया है, इहदी छुट्टी खराब ना होवे। आपे छुट्टी कट के पलटन विच जाएगा, सुन लेगा। फौजी नूं छुट्टी प्यारी हुंदी है। जिन्नी करम सिंह नूं प्यारी सी उन्नी ही तैनू होऊ ना, सगों बहुती होऊ। बाहर दे लोकां दे पिंडां दे लोक तां सौण दे जंपल ने, उहनूं ते थोड़ा औख भी बहुता दिसदा होऊ, पर असीं गल लुकाण विच रता कामयाब नहीं होए, एवें बेसुआदी ही कीती। मुड़दे हुए मान सिंह ने माझे दे पिंड वेखे जिन्हां दा बाबा जंपल सी। इन्हां दुआले बचा लई किले कोट उसरे हुए सन। थां थां मड़ियां ते समाधां सन जिहड़ियां पीढ़ियां विच इन्हां लोकां दी भारत ते धावा करन वालियां नाल लड़न मरन दीआं कहाणियां दसदीआं सन। इसे करके बाबे दी सहन शक्ति इन्नी वधी हुई सी। ਉਹ ਦੂਜਿਆਂ ਨੂੰ ਹੌਲਾ ਰੱਖਣ ਲਈ ਆਪ ਹੋਰ ਭਾਰ ਚੁੱਕਣਾ ਚਾਹੁੰਦਾ ਸੀ। ਮਾਨ ਸਿੰਘ ਨੇ ਸੁਣਿਆ ਹੋਇਆ ਸੀ ਕਿ ਇੱਕ ਧੌਲ ਹੈ ਜੋ ਆਪਣੇ ਸਿਰਾਂ 'ਤੇ ਸਾਰੀ ਧਰਤੀ ਦਾ ਭਾਰ ਚੁੱਕ ਕੇ ਖੜ੍ਹਾ ਹੈ। ਉਸਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਰਮ ਸਿੰਘ ਦਾ ਪਿਤਾ ਹੀ ਉਹ ਧੌਲ ਸੀ ਜਿਹੜਾ ਭਾਰ ਥੱਲੇ ਦੱਬਿਆ ਹੋਣ ਪਿੱਛੋਂ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ। नमस्कार। जदों दूजी वड्डी जंग लगी तां असीं बहुत सारे कालजां विच पढ़दे सां, जां पढ़ हटे मुंडे फौज विच भर्ती हो गए। जिस किसे नूं दोहां अखां तों दिसदा सी ते 10 जमातां पास सी, उह लफ्टैन बनन लई दरखास्त दे सकदा सी। दरखास्तां देण पिछों मुंडे अंग्रेजी बोलणी सिखदे, क्योंकि भर्ती लई मुलाकात वेले गलबात अंग्रेजी विच ही हुंदी। नाल नाल बढ़ना फबना भी सिखदे तां जो उह वड्डे वड्डे खानदानां राहीं ही इस दुनिया विच आए दिसन। स्टालिन अते हिटलर जिहड़े मोची छिंबे किस्म दे आदमी सन, दे संसार विच प्रगट होण तों पिछों भी अजे इह ख्याल आम सी कि अंग्रेज़ केवल खांदे पींदे हिंदुस्तानियां नूं ही अफसरी दे जोग समझते हैं। इस बिपता वेले अंग्रेजां नूं इहो जिहे भुलेखे कढ़न दी वेल नहीं सी, खासकर जदों हिंदुस्तानियां विच भर्ती वल्लों उन्हां दा काम ठीक चल रहा सी। जिहड़े हज़ारां हिंदुस्तानियां नूं उन्हां लफ्टैन बनाया, उन्हां विच्चों मैं भी सां। इह कोई उचेची गल नहीं जापदी सी, क्योंकि सज्जे खब्बे सब मुंडे लफ्टैन बन रहे सन। पिंड पिंड विच्चों लफ्टैन गए लगदे सन। सिखलाई वाली थां जिसनूं ऑफिसर ट्रेनिंग स्कूल आखदे सन, जाके तां इस तरह लगा जिवें सारी फौज लफ्टैना दी ही होवेगी, सिपाही कोई होवे नहीं होवेगा। पर सिखलाई पिछों यूनिटां विच जाके पता लगा कि हिंदुस्तानी फौज विच भी हिंदुस्तानी अफसर
आटे विच लून दे बराबर ही हैं। आम यूनिटा विच 30-35 अफसरां विचों 2-3 ही हिंदुस्तानी हुंदे ते बाकी अंग्रेज़। वड्डा अफसर ते कोई हिंदुस्तानी है ही नहीं सी। भावें साडियां तनखाहां अख्तियारां ते सरदारी विच कोई फर्क नहीं, खान पीन ते सौना बहना भी इकट्ठा ही सी। फिर भी ना अंग्रेज़ सानू अपने बराबर दा समझदे सन ते ना असी अपने आप नू उन्हां दे बराबर दा। किसी गोरे सिपाही दा निम्रता नाल सलाम करना जां किसी अंग्रेज़ नर्स दा प्यार नाल गल करना साडे लई सुरग दा झूठा सी। इस ना बराबरी दी हालत लई ना ओह पूरे कसूरवार सन ते ना असी। 100-150 साल तो हालत ही ऐसे सन। इस कुदरती फर्क दा उस वेले एक संकेत यह सी कि असी ते अपनी फौज नौकरी नू परमात्मा ते सरकार दी वड्डी बख्शिश समझदे सां ते इस दा किसी तरह पक्की हो जाना साडा सुंदर सुफना सी। पर अंग्रेज़ जबरी भर्ती हेठ आए हुए सन ते उड़ीकदे सन कि कदों लड़ाई खत्म होवे ते कदों फौजी नौकरी तो खलासी मिले। भावें उन्हां विच्चों कई बहुत चंगे आदमी सन पर साडी ते उन्हां दी कोई दिली सांझ ना बनदी। असी इकट्ठे शराब पींदे, जनानियां दियां अपने देश दे रिवाजां दियां धर्मां दियां ते बोली दियां झूठियां सच्चियां गल्लां करदे ते फिर हसते हसते आके सौं जांदे। कदी किसी अंग्रेज़ ने यह नहीं कहा सी कि जे तू छुट्टी चलिया है तो मैं भी छुट्टी लैके तेरे नाल पिंड चलना हाँ। हाँ, एक अंग्रेज़ अफसर सी जिहड़ा साडे विच दूजे नालों बहुता भिजदा सी। उसका नाम मिलिंगटन सी। मिलिंगटन कैम्ब्रिज यूनिवर्सिटी विच पढ़दा आया सी। धर्म ते दर्शन दा विद्यार्थी सी। बड़ा मलूक जिहा दिसदा सी। उस दीआं अखां विच सदा प्यार तरला जिहा हुंदा सी जिस करके उसके कोल बैठन नूं बड़ा जी करदा सी। अंग्रेज़ अफसरां विच्चों ओह बहुता सिर कढ़वा नहीं गिणिया जांदा सी। मैस विच बहुता बोलदा नहीं सी। परेड ते बहुती चुस्ती दा प्रभाव नहीं सी दिंदा पर उसनूं घटिया भी नहीं गिणिया जांदा सी। असल विच जिहड़ा अंग्रेज़ अफसर सवेरे वक्त सिर उठ के दाढ़ी मुन के परेड ते आ जावे ते औखा सौखा डंग सार लवे उसनूं घटिया नहीं गिणिया जांदा सी। पर होर अंग्रेज़ अफसर इस तरह टुरदे फिरदे सन जिवें 100-100 मील तक उन्हां दे मेच दा बंदा ना होवे। ड्यूटी तो वेला हो के वह हिंदुस्तानी कपड़े पा लैंदा, पठाना वाली सलवार कमीज ते सिर उत्ते कुल्ले वाली पग। अपने बैरे नाल हिंदुस्तानी विच गल करदा। उसनूं अंग्रेजी सिखाण दी थां आप उस कोलों हिंदुस्तानी सिखदा रहिंदा। भारतीय सभ्यता उत्ते उस कई किताबां रखियां होईयां सन। मैं उसनूं कदी कोई नवीं गल ना दस सकदा, उसनूं पहलां ही पता हुंदा। मेरे मूहों गल्लां सुनन दी थां वह मेरा अंदर टोंडा रहिंदा। असी बगैर गल करन दे ही किन्ना किन्ना चिर बैठे रहिंदे। छुट्टी वाले दिन शिकार खेडन दे पज असी पिंडां विच जा वड़दे ते वह मेरे राही लोकां नाल गल्लां करदा रहिंदा ते उन्हां दे घर घाट वेखदा फिरदा। आम कपड़े पा के असी शाहजहाँपुर के बाज़ारां विच घूमदे फिरदे, लखनऊ दीआं कंजरियां तों गौण सुणदे ते उन्हां दे नाच वेखदे रहिंदे। जिस तरह फौजी अफसरां दीआं कोठियां उस दी दुनिया सी ते मैं केवल एक सद्या होया जां अणसद्या परौणा सां, इस तरह यह बाज़ार मेरी दुनिया सन। पर इत्थे भी वह मेरे तो बहुता स्वाद लै सकदा सी। उसनूं हिंदुस्तानी नाच ते गाउण दी चोखी समझ आ गई हुई सी ते ऐलान होण तो बिना यह भी दस सकदा सी कि ठुमरी गवी जा रही है जां दादरा। बरेली विच असी प्राइवेट कंजरियां दे घरां विच जांदे, उन्हां दे बिस्तरियां उत्ते बह के वह बच्चे वांग उन्हां नाल गल्लां करदा रहिंदा। उठ के आ के वह उन्हां दे घरां दे बाहर बैठा जां टहलदा रहिंदा वेखण लई कि होर कौन लोग आउंदे हन, की गल्लां करदे हन।
इस तरह लगता सी जिवें अंग्रेजी राज लई इस देश नूं बचाण आए नूं उस नूं इस नाल स्नेह हो गया होवे। अपनी नौकरी वजाण दी थां वह बहुता भारत की आत्मा की टोह विच सी। एक बार मोटर विच अलमोड़े जांदियां राह विच बहुत सुंदर पहाड़ी दृश आए। वह मस्त होया वेखदा रहा ते फिर उस हथ जोड़ के मत्था टेक दिता। तू किस नूं नमस्कार कर रहा है? मैं पूछया। पता नहीं किस नूं, पर मेरा जी कीता सी, उसने कहा। उस यूनिट विच्चों ही मैनू फौज तो छुट्टी हो गई। जदों मैं नौकरी छड़ के आन लगा तो मलिंगटन तो भी विदा होना सी। इत्थों विला होके मैं अपने देश मुड़ जावांगा, उसने कहा। जे तू कदी उधर आयो तो मैनू चिट्ठी लिखी, मैं तेनू मिलांगा। मेरा हमेशा वास्ते का पता ग्रिंडले बैंक लंडन है। मेरा उन्हां नाल हिसाब है, मैं जिथे भी होवां उन्हां नूं पता हुंदा है। हर चिट्ठी वह मैनू उत्थे भेज दिंदे ने। यह बड़ा सीधा ते सौखा पता है। हुण तेरे कोल मैनू पता ना देण दा कोई बहाना नहीं हो सकदा। मैनू अगले कुछ सालां विच इंग्लैंड जा सकण दी उम्मीद नहीं, मैं दस्या। उस तो मगरों शायद मेरा कदी जान नूं जी ना करे, इसलिए इस पते की कोई बहुती वरतों नहीं कर सकांगा। इस मुलाकात नूं तू आखरी ही समझ। नहीं नहीं, खबरे आखरी ना होवे, दुनिया बहुत छोटी हो रही है। शायद मैं ही कदी फिर इधर आ जावां। तू मैनू अपना हमेशा वास्ते दा पता लिख दे। एक कागज़ उत्ते मैं अपना नाम, पिंड, डाकखाना ते जिला लिख के उसते हाथ फड़ा दिता। उसने वह सरनामा पढ़ के वेख्या, ये पक्क करन लई कि वह सारे अक्षर उठाल सकता है। ये तेरा सदा वास्ते दा पता है? उसने पूछया। वह मेरे पिंड नूं इंग्लैंड दे एक वड्डे बैंक नालों घट स्थिर समझदा सी। हाँ, अणगिणत सदियां तों मेरे वडिक्कियां दा इहो पता रहा है। तेरी उम्र ते जे भुगता ही जाएगा, मैं माण नाल कहा। उसने मेरी गल सुनी ते खलोते खलोते ने मत्था टेकया। तू किस नूं नमस्कार कीती है? पता नहीं, मेरा जी कीता सी। नहीं, तैनू पता है तू मैनू नमस्कार कीती है। नहीं, बिल्कुल नहीं, मैं प्राणियों नू इहो जिही नमस्कार नहीं करदा। तैनू मैं जान लगे नू वड्डे अफसर दा सैल्यूट करांगा। मैं उस तो कुछ चिर पहला भर्ती होया सां। इस दे कुछ चिर पिछों अंग्रेजी राज खत्म हो गया, हिंदुस्तान आज़ाद हो गया। विदेशों विच भांत भांत दियां गल्लां होईयां। किसी ने कहा डुब जाएगा, टोटे होके खत्म हो जाएगा। किसी होर ने कहा अजे आज़ाद होया ही नहीं, भुलेखा है, छल है। कई कहिंदे गल इस दे कुछ विचकार विचकार है। नवा जम्मिया भारत हौली हौली रिड़न लग पिया है। ये आस बनन लगी है कि किसी दिन ये उठ के खलो जाएगा ते फिर टुर के जां भज के दूजे वड्डे देशां दे नाल जा रलेगा। किवें काम हो रहा है? इन्नी करोड़ों की वसो नाल किवें बीत रही है? ये कुछ वेखण लई कई लोग विदेशों तो आते, कुछ ये वेखण आते कि दुनिया के दो वड्डे धड़ियां विच्चों ये किस नाल रलेगा। जिवें जट्टां दे दो धड़े किसी जनानी तो बयान करवाण लई किरपाना खिच्ची कचहरी के बाहर फिरते रहिंदे हन। कुछ वरे होर लंघ गए। एक दिन मेरी माँ ने कहा, ये उपरी जिही टिकट वाली चिट्ठी आई है। मैं चिट्ठी वेखी, उत्ते अंग्रेज़ां दी मलिका दी मूरत सी। टिकट उत्ते इस दे प्यो दी मूरत नूं मेरी माँ उपरी नहीं समझदी सी, पर इस दी मूरत उसनूं उपरी लगी। चलो कुछ तो फर्क है ना, मैं सोचा। चिट्ठी खोली, मिलिंगटन दी सी। वो भारत आ रहा सी। उत्थे बैठे बिठाए ने दिल्ली दे होटल विच कमरा लै लिया सी ते मैनू उस होटल विच मिलन लई लिखिया सी। मैं दिल्ली गया। मिलिंगटन नू पछानना बहुता औखा नहीं सी। उसने पहले वांग ही छोटियां छोटियां मुछां रखियां सन जिहड़ियां उसे तरह ही भूरियां सन।
ਚੱਲ ਤੇਰੇ ਪੰਜਾਬ ਚੱਲੀਏ, ਉਸਨੇ ਕਿਹਾ। ਕਿਉਂ, ਦਿੱਲੀ ਪਸੰਦ ਨਹੀਂ ਆਈ? ਮੈਂ ਪੁੱਛਿਆ। ਪਸੰਦ ਨਾ ਪਸੰਦ ਦਾ ਸਵਾਲ ਨਹੀਂ, ਇਹ ਮੇਰੀ ਪਕੜ ਵਿੱਚ ਹੀ ਨਹੀਂ ਆ ਰਹੀ। ਕੋਈ ਦਾਣਾ ਹੱਥ ਵਿੱਚ ਹੀ ਨਹੀਂ ਆਉਂਦਾ ਜਿਸ ਨੂੰ ਵੇਖ ਕੇ ਇਸ ਦਾਲ ਦਾ ਪਤਾ ਲੱਗੇ। ਮੈਂ ਨਵੇਂ ਭਾਰਤ ਦੀ ਨਬਜ਼ ਵੇਖਣੀ ਚਾਹੁੰਦਾ ਹਾਂ, ਉਸਨੇ ਅਖਬਾਰੀ ਬੋਲੀ ਵਿੱਚ ਕਿਹਾ। ਪੰਜਾਬ ਵਿੱਚ ਦੋ ਥਾਵਾਂ ਹੀ ਬਹੁਤੀਆਂ ਨਵੀਆਂ ਗਿਣਦੇ ਨੇ, ਇੱਕ ਭਾਖੜਾ ਨੰਗਲ ਅਤੇ ਦੂਜੀ ਚੰਡੀਗੜ੍ਹ, ਮੈਂ ਟੂਰਿਸਟ ਗਾਈਡ ਵਾਂਗ ਬੋਲਿਆ। ਇਹਨਾਂ ਦੋਹਾਂ ਬਾਰੇ ਮੈਂ ਸੁਣਿਆ ਹੈ, ਪਰ ਮੈਂ ਇਹ ਵੇਖਣ ਇੱਥੇ ਨਹੀਂ ਆਇਆ। ਇਹ ਤਾਂ ਉਸ ਤਰ੍ਹਾਂ ਵੀ ਬਣ ਸਕਦੇ ਸਨ, ਫਿਰ ਮੈਂ ਤੈਨੂੰ ਕੀ ਵਿਖਾਵਾਂ? ਬਸ ਤੂੰ ਮੈਨੂੰ ਭੰਬਾਈ ਫਿਰ, ਸ਼ਾਇਦ ਮੇਰੇ ਪੱਲੇ ਕੁਝ ਪੈ ਜਾਏ। ਮੈਂ ਉਸਨੂੰ ਪੰਜਾਬ ਲੈ ਆਇਆ ਅਤੇ ਅਸੀਂ ਥਾਂ ਥਾਂ ਫਿਰਨ ਲੱਗੇ। ਇੱਕ ਦਿਨ ਜਰਨੈਲੀ ਸੜਕ ਉੱਤੇ ਟੁਰਦੇ ਆ ਰਹੇ ਸਾਂ, ਦੋ ਸੜਕਾਂ ਦੇ ਮਧਾਨੀ ਜੁੱਟ ਵਿੱਚ ਬਣੇ ਚੱਕਰ ਉੱਤੇ ਇਹ ਇਕੱਲੀ ਖਲੋਤੀ ਸੀ। ਜੇ ਕਿਸੇ ਨੇ ਕਦੀ ਕੋਈ ਸ਼ਹਿਜ਼ਾਦੀ ਚੌਂਕ ਵਿੱਚ ਖਲੋਤੀ ਵੇਖੀ ਹੈ, ਉਹ ਇਸ ਤਰ੍ਹਾਂ ਦੀ ਲੱਗਦੀ ਹੋਵੇਗੀ। ਜੇ ਸ਼ਹਿਜ਼ਾਦੀ ਇੰਨੀ ਸੁੰਦਰ ਅਤੇ ਲੰਮੀ ਨਾ ਹੋਵੇਗੀ ਤਾਂ ਹੋਰ ਕੌਣ ਹੋਵੇਗੀ? ਉਸਨੇ ਬੜੇ ਫੱਬਵੇਂ ਕੱਪੜੇ ਪਾਏ ਹੋਏ ਸਨ, ਸ਼ੋਖ ਵੀ ਆਖੇ ਜਾ ਸਕਦੇ ਸਨ। ਹਰ ਲੰਘਦੇ ਆਉਂਦੇ ਦਾ ਧਿਆਨ ਉਹ ਖਿੱਚ ਰਹੀ ਸੀ, ਪਰ ਉਸਦਾ ਆਪਣਾ ਧਿਆਨ ਇਸ ਗੱਲ ਵੱਲ ਨਹੀਂ ਸੀ। ਉਹ ਬੜੇ ਗੌਹ ਨਾਲ ਸੜਕ ਉੱਤੇ ਆਉਂਦੇ ਕਿਸੇ ਨੂੰ ਲੱਭ ਰਹੀ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਅੱਖਾਂ ਰਾਹੀਂ ਹੀ ਸਾਹ ਲੈ ਰਹੀ ਹੋਵੇ। ਜਦੋਂ ਅਸੀਂ ਉਸਦੀ ਨਜ਼ਰ ਦੀ ਮਾਰ ਹੇਠ ਆਏ ਤਾਂ ਮੈਨੂੰ ਪਛਾਣ ਕੇ ਉਹ ਮੁਸਕਰਾਈ। ਮੇਰਾ ਖਿਆਲ ਹੈ ਮਲਿੰਗਟਨ ਵੀ ਮੇਰੇ ਵਾਂਗ ਪਹਿਲਾਂ ਹੀ ਉਸ ਵੱਲ ਵੇਖ ਰਿਹਾ ਸੀ, ਭਾਵੇਂ ਅਸਾਂ ਅਜੇ ਉਸ ਬਾਰੇ ਕੋਈ ਗੱਲ ਨਹੀਂ ਕੀਤੀ ਸੀ। ਤੂੰ ਇਸ ਨੂੰ ਜਾਣਨਾ ਹੈ? ਮਲਿੰਗਟਨ ਨੇ ਇੱਕਦਮ ਕੰਨ ਚੁੱਕ ਕੇ ਕਿਹਾ। ਹਾਂ, ਇਹ ਤਾਂ ਦਿਸਦਾ ਹੀ ਪਿਆ। ਕੌਣ ਏ? ਡਾਕਟਰ ਏ, ਇਸਨੇ ਮੇਰੇ ਬੱਚੇ ਦਾ ਇਲਾਜ ਕੀਤਾ ਸੀ, ਉਦੋਂ ਦੀ ਵਾਕਫ ਏ। ਮੈਂ ਇਸ ਨਾਲ ਗੱਲਾਂ ਕਰਨੀਆਂ ਚਾਹੁੰਦਾ। ਮੈਂ ਵੀ, ਕਿਉਂਕਿ ਜਦੋਂ ਮੈਂ ਪਹਿਲਾਂ ਵੇਖੀ ਸੀ ਉਦੋਂ ਨਾਲੋਂ ਹੁਣ ਉਸਦੇ ਮੂੰਹ ਉੱਤੇ ਬੜੀ ਰੌਣਕ ਏ ਜਾਂ ਸ਼ੋਖੀ ਏ। ਉਸਦੇ ਕੋਲ ਅੱਪੜ ਕੇ ਅਸੀਂ ਦੋਵੇਂ ਹੀ ਚੱਕਰ ਉੱਤੇ ਚੜ੍ਹ ਗਏ। ਆਲੇ ਦੁਆਲੇ ਟ੍ਰੈਫਿਕ ਘੁੰਮ ਰਿਹਾ ਸੀ, ਲੋਕ ਆ ਜਾ ਰਹੇ ਸਨ। ਮਲਿੰਗਟਨ ਨਾਲ ਵਾਕਫੀਅਤ ਕਰਾਉਣ ਪਿੱਛੋਂ ਮੈਂ ਪੁੱਛਿਆ, ਇੱਥੇ ਕੀ ਕਰਦੀ ਹੈ? ਕੁਝ ਖਾਸ ਨਹੀਂ, ਕਿਸੇ ਨੂੰ ਆਉਂਦਾ ਵੇਖ ਰਹੀ ਸਾਂ, ਪਰ ਹੁਣ ਉਹ ਆਉਂਦਾ ਨਹੀਂ ਲੱਗਦਾ। ਚੱਲ ਫਿਰ ਕਾਫੀ ਪੀਏ, ਚਲੋ। ਅਸੀਂ ਇੱਕ ਹੋਟਲ ਅੰਦਰ ਚਲੇ ਗਏ। ਸੁਣਾ, ਤੇਰੀ ਡਾਕਟਰੀ ਦਾ ਕੀ ਹਾਲ ਏ? ਮੈਂ ਮਲਿੰਗਟਨ ਵੱਲੋਂ ਉਸਨੂੰ ਅੰਗਰੇਜ਼ੀ ਵਿੱਚ ਖਰੋਚਣਾ ਸ਼ੁਰੂ ਕੀਤਾ। ਡਾਕਟਰੀ ਠੀਕ ਏ, ਪਰ ਇੱਕ ਗੱਲ ਹੋਈ ਏ, ਸ਼ਹਿਰ ਛੱਡ ਕੇ ਇਹ ਪਿੰਡਾਂ ਵਿੱਚ ਜਾ ਵੜੀਏ, ਫਿਰ ਉਸਨੇ ਸਪਸ਼ਟ ਕੀਤਾ। ਮੈਂ ਹੁਣ ਬਸ ਆਪਣੇ ਇੱਕ ਇਲਾਕੇ ਵਿੱਚ ਹੀ ਫਿਰਦੀ ਹਾਂ ਜਿਨ੍ਹਾਂ ਦੀ ਮੈਂ ਧੀ ਹਾਂ। ਕਿਉਂ, ਸ਼ਹਿਰ ਨੂੰ ਕਿਉਂ ਮੰਦਾ ਜਾਣਨ ਲੱਗ ਪਈ? ਇੱਥੇ ਕੁਝ ਮਸ਼ੀਨੀ ਜਿਹਾ ਕੰਮ ਲੱਗਦਾ ਸੀ। ਡਾਕਟਰ ਬਸ ਰੋਗ ਹਟਾਉਣ ਦੀ ਇੱਕ ਮਸ਼ੀਨ ਹੈ, ਪੈਸੇ ਦਿਓ, ਰੋਗ ਹਟਵਾ ਲਵੋ। ਫਰਕ ਸਮਝਦੇ ਹੋ ਨਾ? ਐਵੇਂ ਬਰੀਕ ਜਿਹਾ ਏ। ਇਸ ਤਰ੍ਹਾਂ ਲੱਗਦਾ ਸੀ ਕਿਸੇ ਦਾ ਮੇਰੇ ਆਪਣੇ ਨਾਲ ਵਾਹ ਨਹੀਂ ਪੈਂਦਾ, ਮੇਰੇ ਕਸਬ ਨਾਲ ਹੀ ਪੈਂਦਾ ਏ। ਪਰ ਬਿਮਾਰ ਨੂੰ ਤਾਂ ਡਾਕਟਰ ਦੀ ਲੋੜ ਹੈ, ਤੇਰੀ ਨਹੀਂ। ਮੰਨ ਲਿਆ, ਪਰ ਉੱਥੇ ਗੱਲ ਹੋ ਰਹੀ ਏ। ਫਿਰ ਉਸਨੇ ਕੁਝ ਨਿਮਰਤਾ ਨਾਲ ਅਤੇ ਕੁਝ ਮਖੌਲ ਨਾਲ ਮਲਿੰਗਟਨ ਨੂੰ ਕਿਹਾ, ਮੈਂ ਇੱਕ ਫੜ ਮਾਰ ਲਵਾਂ? ਮਲਿੰਗਟਨ ਪਿਆਰ ਨਾਲ ਉਸ ਵੱਲ ਵੇਖ ਕੇ ਮੁਸਕਰਾਇਆ, ਜਿਵੇਂ ਕਹਿ ਰਿਹਾ ਹੋਵੇ, ਤੂੰ ਜੋ ਕੁਝ ਕਹੇਂਗੀ ਤੋਲ ਕੇ ਹੀ ਕਹੇਂਗੀ, ਫੜ ਨਹੀਂ ਮਾਰੇਂਗੀ। ਕਦੀ ਕਦੀ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਏ ਜਿਵੇਂ ਮੈਂ ਆਪਣੇ ਪਿੰਡਾਂ ਵਿੱਚ ਆਪਣੇ ਤਰੀਕੇ ਨਾਲ ਫਿਰ ਕੇ ਉੱਥੋਂ ਦੀਆਂ ਔਰਤਾਂ ਵਿੱਚ ਜਾਨ ਪਾ ਰਹੀ ਹੋਵਾਂ, ਜਿਵੇਂ ਉਹਨਾਂ ਲਈ ਜਿਉਣ ਦਾ ਰਾਹ ਖੋਲ੍ਹ ਰਹੀ ਹੋਵਾਂ। ਮੈਨੂੰ ਉਸਦੀ ਗੱਲ ਧੁੰਦਲੀ ਜਿਹੀ ਲੱਗੀ। ਉਹ ਆਪਣੀ ਹਸਤੀ ਨਾਲ ਔਰਤਾਂ ਨੂੰ ਆਜ਼ਾਦੀ ਦਿਵਾਉਣ ਦੀ ਅਨੁਭਵ ਕਰ ਰਹੀ ਸੀ। ਇਹ ਭੁਲੇਖਾ ਹਟਾਉਣ ਲਈ ਮੈਂ ਕਿਹਾ,
ਪਤਾ ਨਹੀਂ ਮੈਂ ਤੇਰੇ ਵਾਲੇ ਪਹੇ 'ਤੇ ਪਿਆ ਹੋਇਆ ਹਾਂ ਕਿ ਨਹੀਂ, ਪਰ ਜੇ ਸਿਆਲਾਂ ਦੀ ਧੀ ਹੀਰ ਆਪਣਾ ਕਿੱਸਾ ਲਿਖਵਾ ਕੇ ਅਤੇ ਬੰਦੇ ਬੰਦੇ ਦੇ ਮੂੰਹੋਂ ਗਵਾ ਕੇ ਔਰਤਾਂ ਦਾ ਰਾਹ ਨਾ ਖੋਲ੍ਹ ਸਕੀ ਤਾਂ ਤੂੰ ਫਿਰ ਤੁਰ ਕੇ ਕਿਵੇਂ ਖੋਲ੍ਹ ਦੇਵੇਂਗੀ? ਨਹੀਂ, ਉਹ ਗੱਲ ਹੋਰ ਏ, ਉਸਨੇ ਝਟਪਟ ਘੁੰਡੀ ਫੜ ਕੇ ਕਿਹਾ। ਆਦਰ ਮਰੀ ਹੋਈ ਹੀਰ ਦਾ ਹੀ ਹੋਇਆ ਹੈ, ਜਿਉਂਦੀ ਹੀਰ ਦਾ ਕਿਧਰੇ ਕੋਈ ਆਦਰ ਨਹੀਂ ਸੀ। ਮਰਨ ਪਿੱਛੋਂ ਆਦਰ ਮਿਲਣ ਕਰਕੇ ਕਿਸੇ ਜਿਉਂਦੀ ਇਸਤਰੀ ਦਾ ਕੋਈ ਆਦਰ ਨਹੀਂ ਹੋ ਸਕਦਾ। ਮੇਰੀ ਪਦਵੀ ਕਰਕੇ ਅਤੇ ਮੇਰੇ ਕਸਬ ਤੋਂ ਲਾਭ ਹੋਣ ਕਰਕੇ ਮੇਰਾ ਜਿਉਂਦੀ ਦਾ ਆਦਰ ਹੈ। ਹੋਰ ਇਸਤਰੀਆਂ ਜਿਉਂਦੀਆਂ ਹੀ ਇਸ ਵਿੱਚ ਹਿੱਸੇਦਾਰ ਹੋ ਸਕਦੀਆਂ ਨੇ, ਪਰ ਸਾਰੀਆਂ ਦੇ ਡਾਕਟਰ ਨਹੀਂ। ਉਹ ਕਿਸ ਤਰ੍ਹਾਂ ਹਿੱਸੇਦਾਰ ਹੋ ਸਕਦੀਆਂ ਨੇ? ਮਿਲਿੰਗਟਨ ਨੇ ਦਲੀਲ ਦਾ ਇੱਕ ਸਿਰਾ ਆਪਣੇ ਹੱਥ ਵਿੱਚ ਫੜ ਲਿਆ। ਤੁਹਾਡੇ ਅੰਗਰੇਜ਼ਾਂ ਲਈ ਇਹ ਗੱਲ ਅਸਲ 'ਚ ਹੋਵੇਗੀ, ਪਰ ਇੱਥੇ ਸਹੀ ਏ। ਜਦੋਂ ਇੱਕ ਇਸਤਰੀ ਜਿੱਥੇ ਚਾਹੇ ਫਿਰਦੀ ਹੈ, ਜਿਸ ਤਰ੍ਹਾਂ ਦੇ ਚਾਹੇ ਕੱਪੜੇ ਪਾਉਂਦੀ ਹੈ, ਜੋ ਕੁਝ ਚਾਹੇ ਕਰਦੀ ਹੈ ਅਤੇ ਫਿਰ ਆਦਰਯੋਗ ਰਹਿੰਦੀ ਹੈ, ਤਾਂ ਇਹ ਗੱਲ ਲੋਕਾਂ ਦੇ ਮਨ ਵਿੱਚ ਬਹਿ ਜਾਂਦੀ ਹੈ। ਉਹਨਾਂ ਦੀ ਇੱਕ ਧੀ ਕੋਲ ਉੱਚੀ ਵਿੱਦਿਆ ਹੈ, ਜਿਸ ਨੂੰ ਲੈ ਕੇ ਉਹ ਉਹਨਾਂ ਦੇ ਭਲੇ ਲਈ ਪਿੰਡ ਪਿੰਡ ਫਿਰ ਰਹੀ ਹੈ, ਤਾਂ ਫਿਰ ਉਸ ਨਾਲੋਂ ਵੱਧ ਸਤਿਕਾਰਯੋਗ ਕੌਣ ਹੈ? ਮੇਰੀ ਸ਼ਕਲ ਇਲਾਕੇ ਦੇ ਹਰ ਬੰਦੇ ਅਤੇ ਹਰ ਜਨਾਨੀ ਦੇ ਸਾਹਮਣੇ ਹੈ। ਹੋਰ ਜਨਾਨੀਆਂ ਨੂੰ ਕਿਹੋ ਜਿਹਾ ਜੀਵਨ ਮਿਲਣਾ ਚਾਹੀਦਾ ਹੈ, ਇਹ ਸਿੱਖਣ ਵਿੱਚ ਮੈਂ ਕਹਿੰਦੀ ਹਾਂ ਮੇਰੀ ਇਸ ਮੂਰਤ ਦਾ ਹਿੱਸਾ ਹੈ। ਮਿਲਿੰਗਟਨ ਚੁੱਪ ਹੋ ਗਿਆ ਅਤੇ ਸਿੱਧਾ ਹੋਟਲ ਦੀ ਸਾਹਮਣੇ ਕੰਧ ਵੱਲ ਵੇਖੀ ਗਿਆ। ਉਹ ਸ਼ਾਇਦ ਉਸਨੂੰ ਆਪਣੇ ਪਿੰਡਾਂ ਵਿੱਚ ਵਿਚਰਦੀ ਨੂੰ ਵੇਖ ਰਿਹਾ ਸੀ, ਕਦੀ ਸਾਈਕਲ ਉੱਤੇ, ਕਦੀ ਟਾਂਗੇ ਉੱਤੇ। ਕਿਸ ਤਰ੍ਹਾਂ ਪਿੰਡ ਦੇ ਬੁੱਢੇ ਕਿਸਾਨਾਂ ਲਈ ਉਹ ਇੱਕ ਆਦਰਸ਼ਕ ਇਸਤਰੀ ਦੀ ਮੂਰਤ ਸੀ। ਉਹ ਮੈਂ ਕਿੰਨੇ ਗਪੌੜ ਛੱਡੇ ਨੇ, ਕੋਈ ਸੰਗ ਸ਼ਰਮ ਸਾਡੇ ਹਿੰਦੁਸਤਾਨੀਆਂ ਦੇ ਨੇੜੇ ਨਹੀਂ ਲੰਘੀ, ਉਸਨੇ ਮਿਲਿੰਗਟਨ ਨੂੰ ਆਪਣੇ ਨਾਲ ਰੁੱਝਿਆ ਅਨੁਭਵ ਕਰਕੇ ਕਿਹਾ। ਚੰਗਾ, ਹੁਣ ਮੈਨੂੰ ਆਗਿਆ ਦਿਓ, ਅੱਜ ਤੁਸੀਂ ਮੈਥੋਂ ਕਿਹੋ ਜਿਹੀਆਂ ਗੱਲਾਂ ਕਰਵਾਈਆਂ ਨੇ, ਉਸਨੇ ਉੱਠ ਕੇ ਖਲੋਂਦੀ ਹੋਈ ਮੈਨੂੰ ਕਿਹਾ। ਹੋਟਲ ਦੇ ਬਰਾਂਡੇ ਵਿੱਚ ਆ ਕੇ ਅਸਾਂ ਉਸਨੂੰ ਵਿਦਾ ਕੀਤਾ। ਜਦੋਂ ਉਹ ਕੁਝ ਦੂਰ ਚਲੀ ਗਈ ਤਾਂ ਮਿਲਿੰਗਟਨ ਨੇ ਫਿਰ ਪਹਿਲੇ ਵਾਂਗ ਹੱਥ ਜੋੜ ਕੇ ਮੱਥਾ ਟੇਕਿਆ। ਤੂੰ ਕਿਸ ਨੂੰ ਨਮਸਕਾਰ ਕੀਤੀ ਹੈ? ਮੈਂ ਪੁੱਛਿਆ। ਉਸ ਇਸਤਰੀ ਨੂੰ। ਤੂੰ ਕਹਿੰਦਾ ਸੈਂ ਮੈਂ ਕਿਸੇ ਪ੍ਰਾਣੀ ਨੂੰ ਇਸ ਤਰ੍ਹਾਂ ਦੀ ਨਮਸਕਾਰ ਨਹੀਂ ਕਰਦਾ? ਨਹੀਂ, ਇਹ ਕੋਈ ਇਕੱਲਾ ਪ੍ਰਾਣੀ ਨਹੀਂ ਹੈ, ਇਹ ਤੇ ਇੱਕ ਲਹਿਰ ਵਾਂਗ ਹੈ, ਇੱਕ ਹਵਾ ਹੈ, ਇੱਕ ਰੰਗ ਹੈ। ਅਸਲ ਵਿੱਚ ਇਹ ਤੁਹਾਡਾ ਨਵਾਂ ਭਾਰਤ ਹੈ।